ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਬਿਨਾ ਘੋਰ ਅੰਧਾਰ, ਗੁਰੂ ਬਿਨਾ ਸਮਝ ਨਾ ਆਵੇ, ਗੁਰ ਬਿਨਾ ਸੁਰਤ ਨਾ ਸਿੱਧ, ਗੁਰੂ ਬਿਨਾ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪਨਾ, ਅਗਨ ਕਟੈ ਸਭ ਤੇਰੇ, ਗੁਰ ਨਾਇਨਾ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੈ ਅਕਿਆਚ ਸੰਸਾਰ ਮੈਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਨਾਸਰੀ ਮਹਲਾ ਪੰਜਵਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੁਰਾ, ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ, ਠਾਕੁਰ ਗਾਈਏ ਆਤਮ ਰੰਗ, ਸ਼ਰਨੀ ਪਾਵਨਾ ਨਾਮ ਧਿਆਵਨਾ, ਸਹਿਜ ਸਮਾਵਨ ਸੰਗ, ਠਾਕੁਰ ਗਾਈਏ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਰਹਾਉ ਜਨ ਕੇ ਚਰਨਾ ਵਸੈ ਮੇਰੇ ਹਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਵੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ, ਜਨ ਕੇ ਚਰਨਾ ਵਸੈ ਮੇਰੇ ਹਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਵੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦਿਨ ਵੇਲੇ ਦੇ ਇਸ ਗੁਰਮ ਸਮਾਗਮ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਸਤਿ ਸ੍ਰੀ ਜਨੋ
ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਮੇਰੇ ਤੋਂ ਪਹਿਲਾਂ ਚੱਲ ਰਹੀ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਇਸ ਲੜੀ ਦੇ ਤਹਿਤ ਆਪ ਜੀ ਨੇ ਭਾਈ ਸਾਹਿਬ ਹੋਣਾ ਪਾਸੋਂ ਗੁਰਮਤ ਦੀਆਂ ਵਿਚਾਰਾਂ ਬੜੇ ਪਿਆਰ ਦੇ ਟਿਕਾ ਦੇ ਨਾਲ ਬੈਠ ਕੇ ਸ਼ਰਵਣ ਕੀਤੀਆਂ ਹਨ। ਆਓ ਜਿਸ ਇਕਾਗਰਤਾ ਦੇ ਨਾਲ ਬੈਠ ਕੇ ਆਪ ਜੀ ਵਿਚਾਰਾਂ ਨੂੰ ਸ਼ਰਵਣ ਕਰ ਰਹੇ ਸੀ, ਉਸੇ ਇਕਾਗਰਤਾ ਨੂੰ ਬਰਕਰਾਰ ਰੱਖਦਿਆਂ ਹੋਇਆ ਧੰਨ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ। ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਸ਼ਰਵਣ ਕੀਤਾ ਹੈ, ਵੈਸੇ ਤਾਂ ਸਿੱਖ ਵਾਸਤੇ ਸਾਰੀ ਬਾਣੀ ਹੁਕਮ ਹੈ, ਪਰ ਇੱਕ ਵਿਧੀ ਵਿਧਾਨ ਹੈ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ, ਅਰਦਾਸ ਹੁੰਦੀ ਹੈ, ਅਰਦਾਸ ਤੋਂ ਬਾਅਦ ਜਿਹੜਾ ਸ਼ਬਦ ਪੜ੍ਹੇ ਜਾਂਦੇ ਉਸਨੂੰ ਅਸੀਂ ਮੁੱਖ ਵਾਕ ਜਾਂ ਹੁਕਮਨਾਮਾ ਕਹਿੰਦੇ ਹਾਂ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਇੱਕ ਤੁਕ ਸਿੱਖ ਵਾਸਤੇ ਹੁਕਮ ਹੈ, ਪਰ ਇੱਕ ਸਿਸਟਮ ਬਣਿਆ ਹੋਇਆ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ, ਜਦੋਂ ਅਰਦਾਸ ਹੁੰਦੀ ਹੈ ਅਤੇ ਅਰਦਾਸ ਤੋਂ ਬਾਅਦ ਜਿਹੜਾ ਇੱਕ ਸ਼ਬਦ ਦਾ ਪਾਠ ਤਾਬੇ ਬੈਠੇ ਗ੍ਰੰਥੀ ਸਿੰਘ ਕਰਦੇ ਨੇ, ਉਸਨੂੰ ਅਸੀਂ ਮੁੱਖ ਵਾਕ ਕਹਿੰਦੇ ਹਾਂ। ਉਸ ਮੁਤਾਬਕ ਇਹ ਪਾਵਨ ਸ਼ਬਦ ਮੁੱਖ ਵਾਕ ਦੇ ਰੂਪ ਵਿੱਚ ਆਪ ਜੀ ਨੇ ਕਈ ਵਾਰ ਸ਼ਰਵਣ ਕੀਤਾ ਹੋਵੇਗਾ ਤੇ ਬਹੁਤ ਵਾਰੀ ਸਾਨੂੰ ਜਿਹੜੇ ਮੁੱਖ ਵਾਕ ਨੇ ਉਹ ਲਗਭਗ ਮੁੱਝ ਵਾਲੀ ਯਾਦ ਵੀ ਹੋ ਜਾਂਦੇ ਨੇ, ਕਿਉਂਕਿ ਜਦੋਂ ਸਾਨੂੰ ਉਹ ਪਾਠ ਦੇ ਉੱਤੇ ਸੱਜੇ ਪੱਧਰ ਤੇ ਬੁਲਾਉਂਦਾ ਹੈ ਜਾਂ ਅਸੀਂ ਸਮਾਗਮਾਂ ਤੇ ਜਾਂਦੇ ਹਾਂ, ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ, ਮੁੱਖ ਵਾਕ ਜਦੋਂ ਪੜ੍ਹਿਆ ਜਾਂਦਾ ਹੈ, ਉਦੋਂ ਲਗਭਗ ਸੰਗਤ ਗੁਰਦੁਆਰੇ ਵਿੱਚ ਹਾਜ਼ਰ ਹੁੰਦੀ ਹੈ। ਪਰ ਬਹੁਤ ਐਸੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਦੋਂ ਉਹਨਾਂ ਦਾ ਪਾਠ ਕੀਤਾ ਜਾਂਦਾ ਹੈ ਉਦੋਂ ਸਰੋਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਨਹੀਂ ਹੁੰਦੇ, ਭਾਵੇਂ ਅਸੀਂ ਪਰਚਾ ਸ਼ਬਦਤਾ ਇਹ ਸ਼ਬਦ ਬੋਲਦੇ ਹਾਂ ਵੀ ਪੂਜਾ ਕਾਲ ਕੀ ਪਰਚਾ ਸ਼ਬਦਤਾ, ਵੈਸੇ ਪਰਚੇ ਦਾ ਅਰਥ ਹੈ ਪਰਿਚੇ ਜਾਣ ਪਛਾਣ, ਇਹ ਸ਼ਬਦ ਗੁਰਬਾਣੀ ਵਿੱਚ ਨਹੀਂ ਆਉਂਦਾ ਹੈ। ਸਤਿਗੁਰ ਭੇਟੇ ਤਾਂ ਸਹਿ ਸਤ ਫੁੱਟ ਹੈ, ਧਾਵਤ ਵਰ ਜਿਹੜਾ ਹੈ ਨਿਚਾਰ ਚ ਹੈ, ਸਹਿਜ ਪੁੱਣ ਲੱਗ ਹੈ ਘਰ ਹੀ ਪਰਚਾ ਪਾਈਏ। ਜਿਹੜੇ ਰੱਬ ਨੂੰ ਤੂੰ ਬਾਹਰ ਰੱਬ ਦਾ ਫਿਰਨਾ ਉਹਦੇ ਉਸ ਪਰਮੇਸ਼ਰ ਦੇ ਨਾਲ ਤੇਰੀ ਆਪਣੇ ਹਿਰਦੇ ਰੂਪੀ ਘਰ ਵਿੱਚ ਪਰਿਚੈ ਮਿੱਤਰਤਾ ਸਾਂਝ ਪੈ ਜਾਏਗੀ। ਪਰਚੇ ਸ਼ਬਦ ਅਰਥ ਹੀ ਹੈ ਕਿ ਪਰਚਾ ਸ਼ਬਦ ਅਰਥ ਹੈ ਕਿ ਮੇਰੀ ਗੁਰੂ ਨਾਲ ਜਾਣ ਪਛਾਣ ਹੋ ਜਾਏ, ਮੇਰੀ ਗੁਰੂ ਨਾਲ ਮਿੱਤਰਤਾ ਹੋ ਜਾਏ, ਮੈਨੂੰ ਗੁਰੂ ਬਾਰੇ ਪਤਾ ਹੋਵੇ। ਭਾਵੇਂ ਅਸੀਂ ਪੜ੍ਹ ਦਿੰਦੇ ਹਾਂ ਪੂਜਾ ਕਾਲ ਕੀ ਪਰਚਾ ਸ਼ਬਦਤਾ ਦੀਦਾਰ ਖਾਲਸੇ ਕਾ, ਸਾਡੇ ਇਹ ਬੜਾ ਸੋਹਣਾ ਸਦਾ ਸਾਨੂੰ ਗੁਰੂ ਵੱਲੋਂ ਬਖਸ਼ਿਸ਼ ਕੀਤਾ, ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੇ ਦਰਸ਼ਨਾਂ ਦਾ ਸੰਕਲਪ ਨਹੀਂ, ਅਸੀਂ ਸਮੁੱਚੀ ਮਾਨਤਾ ਵਿੱਚੋਂ ਉਸ ਪਰਮੇਸ਼ਰ ਦੇ ਦਰਸ਼ਨ ਕਰਦੇ ਹਾਂ। ਮਾਂ ਵਿੱਚੋਂ ਵੀ ਰੱਬ ਵੇਖਣਾ ਹੈ, ਪਤੀ ਵਿੱਚੋਂ ਵੀ ਰੱਬ ਵੇਖਣਾ ਹੈ, ਪਤਨੀ ਵਿੱਚੋਂ ਵੀ, ਬੱਚਿਆਂ ਵਿੱਚੋਂ ਵੀ, ਸਮਾਜ ਵਿੱਚੋਂ। ਜਿਹੜਾ ਪਰਚਾ ਸੀ ਜਾਣ ਪਛਾਣ, ਸਾਡੀ ਗੁਰੂ ਨਾਲ ਜਾਣ ਪਛਾਣ ਹੋ ਕੇ ਸਾਡੀ ਗੁਰੂ ਦੇ ਨਾਲ ਮਿੱਤਰਤਾ ਬਣ ਜਾਏ, ਆਹ ਗੁਰੂ ਬਖਸ਼ਿਸ਼ ਕਰੇ। ਪਾਣ ਸ਼ਬਦ ਆਪਾਂ ਸਾਰਿਆਂ ਨੂੰ ਬੜੇ ਪਿਆਰ ਨਾਲ ਪਾਠ ਸ਼ਰਵਣ ਕੀਤਾ ਹੈ। ਇਹ ਪਾਣ ਸ਼ਬਦ ਰਾਗ ਇਤਿਹਾਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 679 ਅਤੇ 80 ਉੱਪਰ ਸੁਭਾਈ ਬਣ ਹੈ। ਆਓ ਸਾਰੀ ਸੰਗਤ ਪਾਣ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈ ਹੈ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਾਉ ਦੇ ਬੰਦ ਨੇ ਠਾਕੁਰ ਗਾਈਏ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਨ ਸਹਿਜ ਸਮਾਨ
ਆਓ ਇੱਕ ਵਾਰ ਸਾਰੀ ਸੰਗਤ ਕੇ ਪੜ੍ਹ ਲਈ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਠਾਕੁਰ ਗਾਈਏ ਆਤਮ ਰੰਗ, 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 ਸ਼ਰਨੀ ਪਾਵਨ ਨਾਮ ਧਿਆਵਨ, ਸ਼ਰਨੀ ਪਾਵਨ ਨਾਮ ਧਿਆਵਨ, ਸ਼ਰਨੀ ਪਾਵਨ ਨਾਮ ਧਿਆਵਨ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਸਹਿਜ ਸਮਾਵਨ ਸੰਗ, ਸਹਿਜ ਸਮਾਵਨ ਸੰਗ, ਸਹਿਜ ਸਮਾਵਨ ਸੰਗ, ਠਾਕੁਰ ਗਾਈਏ ਵੈਸੇ ਦੁਨੀਆ ਬਹੁਤ ਗਾਰੇ ਸੀ ਉਸ ਵਕਤ ਵੀ ਜਦੋਂ ਗੁਰੂ ਅਮਰਦਾਸ ਨੇ ਤੁਕਾਂ ਦਾ ਉਚਾਰਨ ਕੀਤਾ ਹੋਵੇਗਾ। ਸਾਹਿਬ ਜੀ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੈ, ਸਾਰਾ ਜਗਤ ਰਾਮ ਰਾਮ ਕਰਦਾ ਸੀ, ਫਿਰ ਤੇ ਸਤਿਗੁਰੂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਕਿ ਭਾਈ ਉਸ ਪਰਮੇਸ਼ਰ ਦਾ ਨਾਮ ਦੇਖੋ, ਕਰ ਤੇ ਸਾਰੀ ਦੁਨੀਆਂ ਰਹੀ ਸੀ ਪਰ ਕਰ ਕਿਵੇਂ ਰਹੀ ਸੀ। ਸਾਹਿਬ ਦੇ ਬਾਣੀ ਵਿੱਚ ਇਹ ਹਵਾਲਾ ਦਿੱਤਾ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਕਰਦੀ ਸਾਰੀ ਦੁਨੀਆਂ ਸੀ ਪਰ ਪਾਇਆ ਨਹੀਂ ਸੀ। ਗੁਰੂ ਪੰਚਮ ਪਾਤਸ਼ਾਹ ਨੇ ਜੋ ਅਸੀਂ ਸਤਿਗੁਰ ਦੀ ਬਾਣੀ ਦਾ ਪਾਠ ਕਰਦੇ ਹਾਂ, ਗੁਰਦੇਵ ਨੇ ਕਈ ਹਵਾਲੇ ਦਿੱਤੇ ਨੇ ਬਾਣੀ ਕਿਸ ਕਰਤਾ ਹੈ। ਸਾਹਿਬ ਜੀ ਅਸੀਂ ਇਹ ਵੀ ਤੁਕਾਂ ਪੜ੍ਹਦੇ ਹਾਂ, ਕੋਈ ਗਾਵੈ ਰਾਗੀ, ਕੋਈ ਗਾ ਕੇ ਰਾਗਾਂ ਦੁਆਰਾ ਉਸਨੂੰ ਖੁਸ਼ ਕਰਦਾ, ਨਾਦੀ ਕੋਈ ਸੰਤ ਕੂਰ ਕੇ ਖੁਸ਼ ਕਰਦਾ ਉਸਨੂੰ, ਕੋਈ ਆਵਾਜ਼ ਦੇ ਕੇ ਉਸਨੂੰ ਰਝਾਉਣ ਦੀ ਕੋਸ਼ਿਸ਼ ਕਰਦਾ, ਕੋਈ ਗਾਵੈ ਰਾਗੀ ਨਾਦੀ ਬੇਦੀ, ਬੇਦੀ ਵੀ ਉਹ ਵਿਚਾਰ ਕੇ ਉਸਨੂੰ ਵਖਿਆਨ ਕਰਕੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤ ਕਰ, ਬਹੁ ਭਾਤ ਕਰ ਤਾਂ ਪਤਾ ਹੀ ਨਹੀਂ ਕਿੰਨੇ ਕਿੰਨੇ ਤਰੀਕਿਆਂ ਨਾਲ ਕੋਈ ਗਾ ਰਿਹਾ, ਪਰ ਨਾਲ ਗੱਲ ਕਹਿ ਦਿੱਤੀ, ਨਹੀਂ ਹਰ ਹਰ ਬੀਜੈ ਰਾਮ ਰਾਜੇ, ਨਹੀਂ ਖੁਸ਼ ਹੁੰਦਾ ਮਾਰੇ। ਜੇ ਇੱਕ ਬੰਦੇ ਸਾਨੂੰ ਗਾਉਣ ਲਈ ਕਹਿੰਦੇ ਨੇ, ਦੂਜੇ ਬੰਦੇ ਦੁਨੀਆ ਗਾ ਰਹੀ ਉਹ ਫਿਰ ਵੀ ਕੁਛ ਨਹੀਂ ਹੁੰਦਾ, ਫਿਰ ਕਾਰਨ ਕੀ? ਕਹਿੰਦੇ ਆਹ ਗਾ, ਜੇ ਨਯਨ ਕਰਤਾ ਫੁੱਟ ਵਿਕਾਰ ਹੈ, ਜੇ ਅੰਦਰ ਧੋਖਾ ਟਿਕੇ, ਜੇ ਅੰਦਰ ਫਰੇਬ ਟਿਕੇ, ਜੇ ਅੰਦਰ ਠੱਗੀ ਟਿਕੀ ਹੈ, ਉਹ ਤੇਰੀ ਜ਼ੁਬਾਨ ਤੇ ਗਾਉਣ ਦੀ ਅਹਿਮੀਅਤ ਨੂੰ ਕੱਖ ਨਹੀਂ ਸਮਝਦਾ। ਹੁਣ ਪਤਾ ਹੈ ਇਹ ਰੋਣਾ ਕਿਉਂ? ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ
ਹੱਥ ਦੀਜੈ ਲੋਰਾ ਤੇ ਵਕਾਰ। ਕਈ ਵਾਰੀ ਨਾ ਬੰਦਾ ਆਪਣੇ ਅੰਦਰ ਦੇ ਵਕਾਰਾਂ ਤੇ ਹੱਥ ਦੇ ਲੈਂਦਾ ਵੀ ਦੂਜੇ ਨੂੰ ਨਾ ਪਤਾ ਲੱਗੇ। ਕੋਈ ਬੰਦਾ ਅੱਜ ਤੱਕ ਤੁਸੀਂ ਵੇਖਿਆ ਜਿਹੜਾ ਆਪਣੀ ਬੁਰਾਈ ਕਿਸੇ ਨਾਲ ਸਾਂਝੀ ਕਰਦਾ ਹੋਵੇ, ਮੇਰੇ ਚ ਐਬ ਹੈਗਾ ਭਾਈ, ਉਹਦੇ ਤੇ ਔਗਣਾ ਤੇ ਹੱਥ ਦਿੰਦਾ। ਗੁਣ ਮਾੜਾ ਜੇ ਹੋਊਗਾ ਦੱਸੇਗਾ ਦੂਜੇ ਨੂੰ। ਕਹਿੰਦੇ ਸਿਰ ਰੋਗ, ਰੋਗਾਂ ਦੇ ਸਿਰ ਉੱਪਰ ਹੱਥ ਦੇ ਕੇ ਢੱਕਣ ਦੀ ਕੋਸ਼ਿਸ਼ ਕਰਦਾ ਪਰ ਬਾਪੂ ਤੇ ਜਾਣਦਾ ਨਹੀਂ। ਹਰ ਕਰਤਾ ਸਭ ਕਿਛ ਜਾਣਦਾ, ਤਾਂ ਆਖਿਆ ਠਾਕੁਰ ਗਾਈਐ। ਪੜੋ ਜੀ, ਠਾਕੁਰ ਗਾਈਐ ਆਤਮ ਰੰਗ। ਜਦੋਂ ਤੂੰ ਅੰਦਰੋਂ ਗਾਏਗਾ ਉਹ ਤੇ ਕਿਰਤਾ ਵੀ ਬੜਾ ਪਸੰਦ ਪ੍ਰਵਾਨ ਹੋ ਜਾਏਗਾ। ਜਦੋਂ ਅੰਦਰੋਂ ਨਹੀਂ ਗਾਏਗਾ ਘੇਟਿਆਂ ਬਦੀ ਕੀ ਸਾਲਾਂ ਬਦੀ ਖੁਸ਼ ਕਰਨ ਦੀ ਕੋਸ਼ਿਸ਼ ਕਰੇਗਾ, ਪ੍ਰਵਾਨ ਨਹੀਂ ਹੋਏਗਾ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀ ਜੈ। ਰੋਗਾਂ ਦੇ ਸਿਰ ਉੱਪਰ ਤੂੰ ਹੱਥ ਦੇ ਕੇ ਕੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਤੇ ਜਾਣਦਾ, ਉਹਨੇ ਤੇ ਤੈਨੂੰ ਪੈਦਾ, ਉਹਨੂੰ ਅੰਦਰ ਜਾਣੀ ਤਾਂ ਹੀ ਕਹਿੰਦਾ, ਉਹਦੇ ਅੰਦਰ ਦੀ ਜਾਣਦਾ। ਤਾਂ ਹੀ ਤੇ ਬਾਣੀ ਵਿੱਚ ਇਹ ਗੱਲਾਂ ਲਿਖ ਦਿੱਤੀਆਂ ਮਹਾਰਾਜ ਨੇ। ਕਿਉਂ? ਪਾਰਥੂ ਹੈ, ਉਹਨੂੰ ਪਤਾ ਹੈ, ਉਹ ਤੇਰੇ ਅੰਦਰ ਨੂੰ ਜਾਣਦਾ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਜਿਨ੍ਹਾਂ ਨਾਨਕ ਗੁਰਮੁਖ ਗੁਰੂ ਦੇ ਰਾਹੀਂ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸ਼ੁੱਧ ਕਰ ਲਿਆ। ਹਰ ਭਗਤ ਹਰੀ ਦੀ ਭਗਤੀ ਵੀ ਉਹ ਕਰਦੇ, ਹਰ ਨੀਜੇ ਹਰੀ ਦਾ ਨਾਮ ਵੀ ਉਹ ਲੈਂਦੇ। ਸਾਰੀ ਖੇਡ ਹਿਰਦੇ ਦੀ ਹੈ ਪਿਆਰੇ, ਤੇ ਸਤਿਗੁਰ ਬਾਣੀ ਜਿਹੜੀ ਗਿਆ ਜੇ ਹਿਰਦਾ ਸਾਫ ਹੈ ਤੇਰੇ ਵਾਸਤੇ ਦੁਨੀਆਂ ਦੇ 68 ਤੀਰਥ ਵੀ ਕਰੇ ਨੇ। ਜੇ ਹਿਰਦਾ ਸ਼ੁੱਧ ਹੈ ਤੇਰੀ ਘਰ ਦੀ ਟੂਟੀ ਦਾ ਪਾਣੀ ਵੀ ਕਿਸੇ ਧਾਰਮਿਕ ਸਥਾਨ ਤੋਂ ਲਿਆਉਂਦੇ ਹੋਏ ਜਲ ਨਾਲੋਂ ਘੱਟ ਨਹੀਂ ਹੈ। ਜੇ ਹਿਰਦੇ ਵਿੱਚ ਕਪਟ ਹੈ, ਤੂੰ ਤੇ ਧਾਰਮਿਕ ਸਥਾਨ ਤੋਂ ਲਿਆਉਂਦਾ ਹੋਇਆ ਜਲ ਵੀ ਉਹਦੇ ਵਿੱਚ ਵੀ ਯਾਰ ਬੋਲ ਦੇ। ਗੁਰਦੇਵ ਨੇ ਆਖਿਆ ਤਾਂ ਹੀ, ਗੁਰਦੇਵ ਨੇ ਬਾਣੀ ਵਿੱਚ ਗੱਲਾਂ ਤਾਂ ਲਿਖੀ ਸੀ। ਸਰ ਜੀ ਕਹਿੰਦੇ ਠਾਕੁਰ ਗਾਈ ਹੈ ਆਤਮ ਰੰਗ। ਆਤਮ ਅੰਦਰ ਦੇ ਰੰਗ ਨਾਲ ਦਾ, ਅੰਦਰ ਦੇ ਪਿਆਰ ਨਾਲ ਦਾ, ਉਸ ਜਿਹਨਾਂ ਦੇ ਆਪਾਂ ਦਿਨ ਬਣਾ ਰਹੇ ਹਾਂ। ਮੇਰੇ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਉਮੀਦਵਾਰ ਭਾਈ ਸੁੰਦਰ ਸਿੰਘ ਤੁਹਾਡੇ ਨਾਲ ਬੜੀਆਂ ਵਿਸਥਾਰ ਵਿੱਚ ਵਿਚਾਰਾਂ ਕੀਤੀਆਂ ਹੋਣਗੀਆਂ, ਤੁਸੀਂ ਬੜੇ ਪਿਆਰ ਨਾਲ ਸਰਵਣ ਕੀਤਾ। ਜਿਹਨਾਂ ਮਹਾਨ ਯੋਧਿਆਂ ਦੇ 40 ਮੁਕਤਿਆਂ ਦੀ ਆਪਾਂ ਗੱਲ ਇਹਨਾਂ ਦਾ ਦਿਨ ਬਣਾ ਰਹੇ ਹਾਂ, ਇਹ ਉਹ ਪੁਰਾਣੇ ਸੰਗੜੇ ਅੰਦਰੋਂ ਗੁਰੂ ਨਾਲ ਤੁਰੇ ਹੋਏ ਸੀ, ਸਵਾਰਥ ਕਰਕੇ ਨਹੀਂ, ਟੁਕੜਿਆਂ ਕਰਕੇ ਨਹੀਂ ਸੀ। ਭਾਵੇਂ ਕਿ ਵਿਰੋਧੀ ਲਿਖਾਰੀਆਂ ਨੇ ਉਹਨਾਂ ਨੂੰ ਰੋਟੀਆਂ ਕਾਰਨ ਗੁਰੂ ਨਾਲੋਂ ਨਾਤਾ ਤੋੜਨੇ ਵਿਖਾ ਦਿੱਤਾ ਹੈ, ਪਰ ਉਹ ਤੇ ਆਪਾਂ ਜਿਹੜਾ ਸਿੱਖ ਆਪਣੇ ਬੱਚੇ ਦੇ ਕਲੇਜੇ ਨੂੰ ਕਢਵਾ ਕੇ ਮੂੰਹ ਚ ਪਵਾ ਸਕਦਾ। ਜੇ ਬੀਬੀਆਂ ਨਿੱਕੇ ਨਿੱਕੇ ਟੁਕੜੇ ਕਰਵਾ ਕੇ ਬੱਚਿਆਂ ਦੇ ਗਲਾਂ ਵਿੱਚ ਹਾਰ ਪਾ ਸਕਦੀਆਂ ਨੇ, ਸਿੱਖ ਰੋਟੀ ਦੀ ਭੁੱਖ ਬਦਲੇ ਗੁਰੂ ਨੂੰ ਛੱਡ ਦੇਵੇਗਾ, ਇਹ ਕਿਵੇਂ ਸਿੱਖ ਨੇ ਪ੍ਰਵਾਨ ਕਰ ਲਿਆ। ਪਰ ਕਲਾਕਾਰ ਬੀਬੀਆਂ ਨੇ ਗਾਣੇ ਗਾਏ, ਪਾਲੋ ਚੂੜੀਆਂ ਗੁਰੂ ਦਾ ਤੁਸੀਂ ਸਾਥ ਛੱਡ ਕੇ ਆ ਗਏ ਜੀ। ਉੱਤੇ ਨਗਰ ਕੀਰਤਨ ਨਿਕਲ ਰਿਹਾ ਹੁੰਦਾ ਤੇ ਉਹ ਗਾਣਾ ਚੱਲ ਰਿਹਾ ਹੁੰਦਾ, ਅਸੀਂ ਥੱਲੇ ਸੁਣ ਰਹੇ ਹੁੰਦੇ ਹਾਂ। ਫਿਰ ਤਾਂ ਉਹ ਗੱਲ ਸੱਚੀ ਹੋ ਗਈ ਜਿਹੜੀ ਬ੍ਰਾਹਮਣ ਕਹਿੰਦਾ ਸੀ ਜਦੋਂ ਖੰਡੇ ਦੀ ਬਹੁਤ ਪਿਆਰ ਹੋਈ, ਗੁਰੂ ਸਾਨੂੰ ਵੀ ਛਕਾਓ, ਗੁਰੂ ਸਾਹਿਬ ਕਹਿੰਦੇ ਹੋਣਗੇ ਛਕ ਲਓ, ਕਹਿੰਦੇ ਸਾਡੇ ਲਈ ਵੱਖਰਾ ਛਕਾਓ, ਵੱਖਰਾ ਪਿਆਰ ਗੁਰੂ ਮਹਾਰਾਜ ਨੇ ਵੱਖਰਾ ਨਹੀਂ ਪਾਈ, ਇਸੇ ਬਾਟੇ ਛਕਣਾ ਪਵੇਗਾ। ਵਿਧੀ ਰਾਮੇ ਕੋ ਕਿਹੜਾ ਪਿਆਰਾ ਹੈ, ਉਹਦਾ ਭਾਵੇਂ ਕੋਈ ਨੌਕਰ ਦਾ ਝੂਠਾ ਘਰ ਵਿੱਚ ਮਾਲਕ ਨਾ ਪੀਵੇ,
ਪੰਜਵੇਂ ਖੰਡੇ ਦੀ ਪੌੜ ਛਕਣ ਵਾਸਤੇ ਆਵੇ ਉਦੋਂ ਨਿੱਕੀਆਂ ਬਾਟੀ ਤੋਂ ਸਾਰਿਆਂ ਨੂੰ ਛਕਾਇਆ ਜਾਂਦਾ ਹੈ। ਉੱਚਾ ਨੀਵਾਂ ਸੁੱਚਾ ਭਾਵੇਂ ਖੜੇ ਦੀ ਪੌੜ ਵਿੱਚ ਵੀ ਅੱਜ ਅਸੀਂ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਥਾਵਾਂ ਤੇ ਡੇਰਿਆਂ ਵਿੱਚ ਅੰਮ੍ਰਿਤ ਦੀ ਜਾਤਾਂ ਦੇ ਆਧਾਰ ਛਕਾਇਆ ਜਾਂਦਾ ਹੈ, ਜਾਤਾਂ ਦੇ ਆਧਾਰ। ਪਿਛਲੇ ਦਿਨ ਗੱਲ ਕਹੀ ਸੀ, ਵੈਸੇ ਬਾਬਾ ਤੇ ਮਰ ਚੁੱਕਾ ਪਰ ਉਹਦੀ ਗੱਦੀ ਅੱਜ ਵੀ ਚੱਲਦੀ ਹੈ, ਪਰ ਉਹ ਜਿਸ ਬਜ਼ੁਰਗ ਨਾਲ ਘਟਨਾ ਵਾਪਰੀ ਉਹ ਬਜ਼ੁਰਗ ਅੱਜ ਵੀ ਜਿਉਂਦਾ। ਉਹ ਤੇ ਬਜ਼ੁਰਗ ਇਹ ਵੀ ਕਹਿੰਦਾ, ਪੁੱਤ ਮੇਰੀ ਇੰਟਰਵਿਊ ਲੈ ਕੇ ਇੰਟਰਨੈਟ ਤੇ ਪਾ ਦਿਓ। ਪਰ ਅਸੀਂ ਜਾਣੇ ਕਿਉਂ? ਉਹ ਕਹਿੰਦਾ ਮੈਂ ਪੰਜਾਂ ਪਿਆਰਿਆਂ ਸ਼ਾਮਲ ਸੀ, ਦੇਰ ਵਿੱਚ ਅਮਰ ਸੰਚਾਰ ਹੋਇਆ ਸੀ, ਸਾਰਿਆਂ ਨੂੰ ਇਕੱਠੇ ਨੂੰ ਖੰਡੇ ਦੀ ਪੌੜ ਛਕਾਤੀ, ਵਿੱਚ ਮੈਂ ਵੀ ਸਿੱਖ ਵੀ ਸਨ, ਜਿਮੀਦਾਰ ਵੀ ਸਨ, ਸਾਰੀਆਂ ਬਰਾਦਰੀਆਂ ਵੀ ਸਨ। ਬਾਬੇ ਨੂੰ ਛਿਆਂ ਮਹੀਨਿਆਂ ਬਾਅਦ ਉਸ ਘਟਨਾ ਦਾ ਪਤਾ ਲੱਗਾ। ਕਿਸੇ ਨੇ ਦੱਸਿਆ ਜੀ ਇਹਨਾਂ ਨੇ ਜੱਟਾਂ ਨੂੰ ਤੇ ਮਜ਼ਹਬੀ ਸਿੱਖਾਂ ਨੂੰ ਇਕੱਠਿਆਂ ਨੂੰ ਅਮਰ ਛਕਾਤਾ। ਕਹਿੰਦੇ ਕਿਹਨਾਂ ਛਕਾਇਆ? ਕਹਿੰਦਾ ਮੈਂ ਜਥੇਦਾਰ ਦੀ ਡਿਊਟੀ ਨਿਭਾ ਰਿਹਾ ਸੀ, ਬਜ਼ੁਰਗਾਂ ਜੀ ਬੋਲ ਰਹੇ। ਕਹਿੰਦਾ ਮੈਂ ਗਿਆ, ਬਾਬਾ ਸਾਹਮਣੇ ਬੈਠਾ ਸੀ, ਮੈਂ ਫਤਿਹ ਬੁਲਾਈ, ਕਿਉਂਕਿ ਬਹੁਤੇ ਉਹਨਾਂ ਦੀ ਗੋਡੀ ਹੱਥ ਹੁੰਦੀ ਸੀ, ਮੈਂ ਫਤਿਹ ਬੁਲਾਈ। ਕਹਿੰਦਾ ਹਾਂ ਭਾਈ ਦੱਸੋ। ਕਹਿੰਦਾ ਸਾਨੂੰ ਪਤਾ ਲੱਗਿਆ ਤੁਸੀਂ ਖੰਡੇ ਦੀ ਪੌੜ ਤਿਆਰ ਕੀਤੀ ਤੇ ਮਜ਼ਹਬੀ ਸਿੱਖਾਂ ਨੂੰ ਇਕੱਠਿਆਂ ਛਕਾਤਾ। ਧਿਆਨ ਨਾਲ ਸੁਣਿਆ, ਹੁਣ ਕਰਦਾ ਤਗੜਾ ਸੁਣ ਆਪਣਾ ਜਿਹੜੀ ਗੱਲ ਉਸ ਬਾਬੇ ਨੇ ਬੋਲੀ, ਕਿਉਂਕਿ ਬਾਬਾ ਮਰ ਚੁੱਕਾ, ਚਿਹਰੇ ਦਾ ਕਹਿਣ ਕੇ ਬਾਬਾ ਸ਼ਹੀਦ ਹੋ ਗਿਆ। ਪਰ ਜਿਹੜੀ ਉਹਨੇ ਸ਼ਬਦਾਵਲੀ ਵਰਤੀ ਉਹ ਮੇਰੇ ਕੋਲ ਤਾਂ ਗੁਰੂ ਦੀ ਹਜ਼ੂਰੀ ਵਿੱਚ ਬੋਲਣ ਲੱਗਿਆ, ਮੈਨੂੰ ਆਪਣੇ ਆਪ ਦਾ ਕਿੱਥੋਂ ਸ਼ਬਦ ਲਿਆ। ਉਹ ਬਜ਼ੁਰਗ ਕਹਿੰਦਾ ਵੀ ਸਾਰਾ ਪਿੰਡ ਉਸਨੂੰ ਰੱਬ ਤੋਂ ਘੱਟ ਨਹੀਂ ਸੀ ਮਾਤਾ, ਉਹਨੇ ਸ਼ਬਦਾ ਕਹਿੰਦਾ ਤੂੰ ਮੈਨੂੰ ਪਤਾ ਲੱਗਾ ਤੂੰ ਮੇਰੀ ਸਿੱਖਾਂ ਨੂੰ ਇਕੱਠਿਆਂ ਨੂੰ ਅਮਰ ਛਕਾਤਾ, ਮੈਂ ਜੀ ਛਕਾਇਆ ਰੱਖ ਕੇ ਉਸਨੂੰ ਪੁੱਛ ਕੇ। ਕਹਿੰਦਾ ਮੈਂ ਕਿਉਂਕਿ ਗੁਰੂ ਨੂੰ ਪੁੱਛ ਕੇ। ਬਾਬਾ ਕਹਿੰਦਾ ਕਿਹੜੇ ਗੁਰੂ ਨੂੰ ਪੁੱਛ ਕੇ? ਕਹਿੰਦਾ ਜੀ ਮੈਂ ਕਿਹਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ। ਇਹ ਉਸ ਬਾਬੇ ਦੀ ਵਰਜਨ ਸੀ। ਕਹਿੰਦਾ ਉਹ ਗੁਰੂ ਜਿਹੜਾ 400-500 ਦਾ ਕਿਸੇ ਵੀ ਦੁਕਾਨ ਤੋਂ ਖਰੀਦਿਆ ਜਾ ਸਕਦਾ। ਪਰ ਚੇਲੇ ਉਹਦੇ ਮਨ ਨੂੰ ਕਹਿੰਦਾ ਮੈਂ ਸਾਰੇ ਪਿੰਡ ਵਿੱਚ ਕਦੀ ਕਦੀ ਗਲੀ ਜਾ ਕੇ ਆ ਕੇ ਦੁਨੀਆਂ ਦੇ ਲੋਕ ਇਸ ਪਾਪੀ ਨੂੰ ਮੱਥੇ ਨਾ ਟੇਕੋ। ਜਿਹੜੀ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਵਰਤੀ ਹੈ ਪਰ ਅੱਜ ਵੀ ਉਹਦੀਆਂ ਬਰਸੀਆਂ ਤੇ ਲੱਖਾਂ ਦਾ ਇਕੱਠ ਹੁੰਦਾ। ਟਰਾਂਸਪੋਰਟਰ ਲੋਕ ਆਉਂਦੇ ਨੇ, ਵਿਦੇਸ਼ਾਂ ਚ ਲੋਕ ਆਉਂਦੇ ਨੇ, ਜੇ ਕੋਈ ਪ੍ਰਚਾਰ ਹੋਣੇ ਤੋਂ ਹਾਈ ਨਿੰਦਿਆ ਕਰਦਾ, ਜੇ ਨਿੰਦਿਆ ਫਿਰ ਤੇ ਬਾਬੇ ਕਬੀਰ ਨੇ ਵੀ ਕਿਹਾ ਸੀ ਦੱਜ ਸਾਢੇ ਪੈਰੇ ਪੋਤੀਆਂ ਤੇਰੇ ਪੰਜ ਤਗ ਗਲੀ ਜਿਹਨਾਂ ਜਪ ਮਾਈਆਂ ਲੋਟੇ ਹੱਥ ਹਰ ਕੇ ਸੰਤ ਨਾ ਬਣਾ ਸਕੇ। ਬਾਣੀਆਂ ਦੀ ਨਿੰਦਾ ਭਲੀ ਕਿਸੇ ਕੀ ਨਹੀਂ, ਮਨਮੁਖ ਮੂਤ ਕਰਾਂ ਮੂੰਹ ਕਾਲੇ ਤੇ ਨਿੰਦਕਾਂ ਨਾਲ ਕੀ ਗੋਰ ਕਮਾਈ। ਬਾਣੀ ਨਿੰਦਿਆ ਤੋਂ ਮਨਾ ਕਰਦੀ ਹੈ। ਪਰ ਪਿਆਰਿਓ ਜੇ ਬਾਬਾ ਇੱਕ ਬੰਨੇ ਬਾਣੀ ਕਦੀ ਨਿੰਦਾ ਨਹੀਂ ਕਰਨੀ ਚਾਹੀਦੀ, ਇੱਕ ਬੰਨੇ ਬਾਬਾ ਕਬੀਰ ਠੱਗ ਕਹਿ ਰਹੇ ਨੇ ਕਿ ਉਹ ਨਿੰਦਿਆ ਨਹੀਂ, ਨਿੰਦਿਆ ਨਹੀਂ ਉਹ ਹਕੀਕਤ ਬਿਆਨ ਕਰ ਰਹੇ ਨੇ। ਅਖੀਰਾਂ ਮੀਤੇ ਨਾ ਪਕੜੇ ਠੱਗਾਂ ਕੋ ਸੰਸਾਰ ਗੁਰੂ ਸਾਹਿਬ ਨਿੰਦਿਆ ਨਹੀਂ ਕਰ ਰਿਹਾ, ਸਮਾਜ ਦੀ ਤਸਵੀਰ ਪੇਸ਼ ਕਰ ਰਿਹਾ, ਇਹ ਨਿੰਦਿਆ ਨਹੀਂ ਹੈ, ਇਹ ਤਸਵੀਰ ਪੇਸ਼ ਕਰ ਰਿਹਾ। ਉਹ ਬਜ਼ੁਰਗ ਕਹਿੰਦਾ ਮੈਂ ਕੱਲੇ ਕੱਲੇ ਘਰ ਗਿਆ ਪਿੰਡ ਵਿੱਚ, ਪੁੱਤਰ ਮੈਂ ਕੱਲੇ ਕੱਲੇ ਦਰਵਾਜ਼ਾ ਖੜਕਾਇਆ, ਕੋਈ ਲੋਕ ਇਹਦੇ ਪੈਰਾਂ ਤੇ ਮੱਥੇ ਨਾ ਟੇਕੋ। ਇਹਦੀ ਭਾਸ਼ਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਹੈ, ਕਿਉਂਕਿ ਉਹ ਬੰਦ ਕਮਰੇ ਦੀ ਗੱਲ ਸੀ, ਪਵਨ ਵੀ ਜਾਣ ਕੇ ਇਹ ਦਰਦ ਉਹਨੇ ਕਹਿਣ ਗਏ ਸੀ। ਜਦੋਂ ਪਵਨ ਨੇ ਪੁੱਛਿਆ ਬਾਬੇ, ਕਹਿੰਦਾ ਇਹਨੂੰ ਬਦਨਾਮ ਕਰਦਾ, ਬਾਬਾ ਮੁਕਰ ਗਿਆ। ਕਹਿੰਦਾ ਇਹ ਮੈਨੂੰ ਉਹ ਬਜ਼ੁਰਗ ਅੱਜ ਵੀ ਕਹਿੰਦਾ, ਕਹਿੰਦਾ ਸਭ ਤੋਂ ਕੀਮਤੀ ਔਲਾਦ ਹੁੰਦੀ ਹੈ ਬੰਦੇ ਵਾਸਤੇ, ਕਹਿੰਦਾ ਮੈਨੂੰ ਜਿੱਥੇ ਮਰਜ਼ੀ ਲੈ ਜਾਓ, ਇਸ ਬਾਬੇ ਦੀ ਸ਼ਬਦਾਵਲੀ ਮੈਨੂੰ 100 ਵਾਰ ਪੁੱਛੋਗੇ ਉਹ ਧਰਾਵਾਂਗਾ। ਕਹਿੰਦਾ ਉਹ ਗੁਰੂ ਜਿਹੜਾ 400-500 ਦਾ ਕਿਸੇ ਦੁਕਾਨ ਤੋਂ ਮਿਲ ਜਾਂਦਾ। ਬਰਗਾੜੀ ਪਿੰਡ ਦੀਆਂ ਗਲੀਆਂ ਚ ਅੱਜ ਮਹਾਰਾਜ ਦੇ ਸਰੂਪ ਦੀਆਂ ਖੜਾ ਰਹੀ ਸੀ, ਕਿਆ ਬੇਦਬੀ ਹੋਈ,
ਇਹਨਾਂ ਦੁਸ਼ਟਾਂ ਨੇ ਕਦੋਂ ਦੀ ਮਹਾਰਾਜ ਦੀ ਬੇਨਤੀ ਕੀਤੀ ਹੈ ਜਿਹਨਾਂ ਦੇ ਪੈਰਾਂ ਤੇ ਅੱਜ ਪਵਿੱਤ ਮੱਥਾ ਟੇਕਦੀ ਪਈ ਹੈ। ਪਰ ਗੱਲ ਫਿਰ ਉੱਥੇ ਆਉਂਦੀ ਜੀ, ਸਰਕਾਰੀ ਦਰਬਾਰੇ ਚੱਲਦੀ ਹੈ ਅਗਲਿਆਂ ਦੀ, ਇਹਨਾਂ ਮਗਰ ਮਛਾਂ ਹੱਥ ਪਾਉਣ ਪਾਏਗਾ ਜੀ। ਖੈਰ ਮੇਰਾ ਵਿਸ਼ਾਲੀ ਸਿੰਘ ਦਲ ਤੋਂ ਗੱਲ ਨਿਕਲ ਆਈ, ਖੰਡੇ ਦੀ ਪੌਲ ਦੇ ਵਿੱਚ ਕੋਈ ਭੇਰ ਭੇਰਤਾ ਨਹੀਂ, ਜੇ ਉਸ ਵਕਤ ਬ੍ਰਾਹਮਣ ਹੈ ਤਾਂ ਸੰਸਾਰ ਵੱਖਰਾ ਛਕਾਓ। ਗੁਰੂ ਸਾਹਿਬ ਨੇ ਆਖਿਆ ਮੈਂ ਕਈ ਛਕਣਾ ਪੈਣਾ, ਉਹਨੇ ਆਖਿਆ ਜਿਹੜੇ ਆ ਮਾੜੀਆਂ ਮੋਟੀਆਂ ਜਾਤਾਂ ਨੂੰ ਨਾਲ ਨਹੀਂ ਫਿਰਦੇ ਹੋ ਨਾ, ਇਹ ਰੋਟੀਆਂ ਕਰਕੇ ਤੁਹਾਡੇ ਨਾਲ ਜੁੜੇ ਹੋਏ। ਗੁਰੂ ਨੇ ਆਖਿਆ ਨਹੀਂ, ਜਿਹਨਾਂ ਦੀ ਮੈਂ ਚੋਣ ਕੀਤੀ ਹੈ ਰੋਟੀਆਂ ਕਰਕੇ ਨਹੀਂ ਜੁੜੇ, ਸਿਰ ਗੁਰੂ ਨਾਲ ਰੋਟੀਆਂ ਕਰਕੇ ਨਹੀਂ ਸੀ ਜੁੜਿਆ। ਜੇ ਫਰਸ਼ ਦੀ ਜੇਲ੍ਹ ਵਿੱਚ ਰੋਟੀ ਸੁੱਟ ਕੇ ਸਿੱਖਾਂ ਦਾ ਇਮਤਿਹਾਨ ਲਿਆ, ਸਿੱਖ ਉਹਦੇ ਵਿੱਚੋਂ ਪਾਸ ਹੋਏ। ਜੇ ਗੁਰਦਾਸ ਨਗਰ ਦੀ ਗਲੀ ਵਿੱਚੋਂ ਸਿੱਖਾਂ ਦਾ ਇਮਤਿਹਾਨ ਲਿਆ ਗਿਆ, ਸਿੱਖ ਉਹਦੇ ਚੋਂ ਪਾਸ ਹੋਏ। ਅੱਜ ਵੀ ਪਾਕਿਸਤਾਨ ਸਿੰਘ ਸਿੰਘਿਆਂ ਦੇ ਗੁਰਦੁਆਰੇ ਤੋਂ ਚੱਕੀਆਂ ਮੌਜੂਦ ਨੇ, ਉਹਨਾਂ ਬੀਬੀਆਂ ਦਾ ਜੇ ਇਮਤਿਹਾਨ ਲਿਆ, ਭੁੱਖ ਕਰਕੇ ਬੀਬੀਆਂ ਨੇ ਸਿੱਖੀ ਸਿਧਾਂਤ ਦਾ ਸਾਥ ਨਹੀਂ ਛੱਡਿਆ। ਤੇ ਪਿਆਰਿਓ, ਜੇ ਰੋਟੀਆਂ ਕਾਰਨ ਭੁੱਖ ਦੇ ਕਾਰਨ ਇਹ ਗੁਰੂ ਕੇ ਸਿੱਖ ਗੁਰੂ ਛੱਡ ਗਏ, ਬਿਦਾਵਾ ਦਿੱਤਾ ਸੀ ਪਰ ਚੌਧਰੀਆਂ ਨੇ ਦਿੱਤਾ ਸੀ, ਗੁਰੂ ਕੇ ਸਿੱਖਾਂ ਨੇ ਨਹੀਂ ਸੀ ਦਿੱਤਾ। ਗੁਰੂ ਦਾ ਸਿੱਖ ਤੇ ਆਪਾ ਵਾਰ ਜਾਂਦਾ, ਇਹ ਤਾਂ ਵਿਰੋਧੀਆਂ ਵੱਲੋਂ ਗੱਲਾਂ ਪ੍ਰਚਾਰ ਹੀ ਹੁੰਦੀਆਂ ਸਨ, ਵਿਰੋਧੀਆਂ ਵੱਲੋਂ। ਉਹਦੇ ਚੰਦਰ ਸਿੱਖੀ ਨੂੰ ਵੀਕ ਕੀਤਾ ਜਾਏ ਤਾਂ ਕਿ ਉਹਦੇ ਬੱਚੇ ਆਉਣ ਵਾਲੇ ਸਮੇਂ ਕਹਿਣ ਮਾਂ ਫਿਰ ਕੀ ਹੋਇਆ ਜੇ ਮੈਂ ਗੁਰੂ ਤੋਂ ਬੇਮੁੱਖ ਹਾਂ, ਕਦੀ ਸਿੱਖ ਵੀ ਤੇ ਬੇਮੁੱਖ ਰਿਹਾ ਹੈ। ਗੁਰੂ ਦਾ ਸਿੱਖ ਤੇ ਆਪਾ ਵਾਰ ਨੂੰ ਤਿਆਰ ਹੈ ਗੁਰੂ ਤੋਂ, ਜਿਹੜਾ ਆਪਣੇ ਬੱਚੇ ਦਾ ਦਿਲ ਕਢਵਾ ਕੇ ਮੂੰਹ ਚ ਪਵਾ ਸਕਦਾ ਹੈ, ਜਿਹੜਾ ਆਪਣੇ ਪੁੱਤ ਨੇ ਚਰਖੜੀ ਤੇ ਚੜ ਸਕਦਾ ਹੈ, ਜਿਹੜਾ ਆਪਣੇ ਬੰਦ ਬੰਦ ਕਢਵਾ ਸਕਦਾ ਹੈ। ਇੱਕ ਰੋਟੀ ਬੋਲੇ ਗੁਰੂ ਦਾ ਸਾਥ ਕਿਵੇਂ ਛੱਡ ਜਾਏਗਾ, ਸਿੱਖਾਂ ਮਰ ਕਿਵੇਂ ਜਾਂਦਾ, ਤੂੰ ਕਿਵੇਂ ਮਰ ਜਾਂਦਾ, ਤੇਰਾ ਹਿਰਦਾ ਕਿਵੇਂ ਮਰ ਜਾਂਦਾ। ਇਤਿਹਾਸ ਤਾਂ ਗਹਿਰਾ ਨੇ ਲਿਖੇ, ਬਾਣੀ ਤੇ ਗੁਰੂ ਨੇ ਲਿਖੀ ਹੈ, ਤੂੰ ਹਰ ਘਟਨਾ ਨੂੰ ਗੁਰਬਾਣੀ ਦੀ ਕਸੌਟੀ ਤੇ ਪਰਚ ਲਈ। ਭਾਈ ਕਾਂ ਸਿੰਘ ਆਪਾ ਜੀ ਨੇ ਜਦੋਂ 40 ਮੁਕਤਿਆਂ ਦੀ ਗੱਲ ਕੀਤੀ, ਉਹਨੇ ਕਿਹਾ ਦੋ ਪ੍ਰਕਾਰ, ਦੋ 40 ਮੁਕਤੇ ਨੇ, ਇੱਕ ਤਾਂ ਚਮਕੌਰ ਦੀ ਗੜੀ ਵਾਲਾ, ਇੱਕ ਮੁਕਤਸਰ ਸਾਹਿਬ ਵਾਲੇ। ਵੈਸੇ ਬਹੁਤੇ ਗੁਰਦੁਆਰਾਂ ਦੀ ਰਾਏ ਇਹ ਵੀ ਹੈ ਕਿ ਜਿਹੜੀ ਘਟਨਾ ਵਾਪਰੀ ਸੀ ਜਿਹੜੀ ਮੁਕਤਸਰ ਵਾਲੀ, ਇਹ ਵਿਸਾਖ ਦੇ ਲਾਗੇ ਛਾਗੇ ਉਹਨਾਂ ਮਹੀਨਿਆਂ ਤੋਂ ਵਾਪਰੀ ਸੀ, ਪਰ ਮਾਘੀ ਦੇ ਨਾਲ ਹੌਲੀ ਹੌਲੀ ਇਹ ਜੁੜ ਗਈ, ਜੁੜ ਮੇਲਾ ਮਾਘੀ ਦੇ ਉੱਤੇ ਆ ਕੇ ਲੱਗਣ ਲੱਗ ਪਿਆ। ਤੇ ਉਹਨਾਂ ਦੀ ਲਿਖਤ ਹੈ, ਵਿਦਵਾਨਾਂ ਦੀ ਆਪਣੇ ਆਪਣੇ ਰਾਏ ਕਿਹਨਾਂ ਦੇ ਵਿੱਚ ਸੱਚ ਹੈ, ਕਿਉਂਕਿ ਹਰ ਘਟਨਾ ਦੇ ਨਾਲ ਦੋ ਦੋ ਤਿੰਨ ਤਿੰਨ ਚਾਰ ਚਾਰ ਰਾਈਟਰਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ, ਕਿਹਨਾਂ ਦਾ ਸੱਚ ਹੈ, ਬਾਹਰ ਦੀਆਂ ਗੱਲਾਂ ਨੇ, ਪਰ ਅਸੀਂ ਤੇ ਮੇਨ ਨੁਕਤੇ ਦਾ ਜੋੜਨਾ ਕਦੋਂ ਵਾਪਰੀਏ, ਬਾਹਰ ਦੀਆਂ ਗੱਲਾਂ ਨੇ। ਮੇਨ ਅਸੀਂ ਸਿੱਖੀ ਵਿਚਾਰ ਭਾਰਤ ਦੀ ਗੱਲ ਲਿਖਣੀ ਹੈ ਕਿ ਉਹ ਗੁਰੂ ਤੋਂ ਆਪਾ ਵਾਰ ਵਾਲਾ ਸਿੱਖ ਸੀ, ਸਿੱਖ ਨੇ ਸਿਰਕ ਵੇਖਣਾ ਹੁੰਦਾ, ਭਰੋਸਾ ਵੇਖਣਾ ਹੁੰਦਾ, ਇਹ ਵਿਸ਼ਵਾਸ ਆਪਣੇ ਅੰਦਰ ਬਣਨਾ, ਜਿਹਨਾਂ ਨੇ ਗੁਰੂ ਨੂੰ ਗਾਇਆ ਉਹਨਾਂ ਅੰਦਰੋਂ ਗਾਇਆ, ਅੰਦਰੋਂ ਗੁਰੂ ਨਾਲ ਜੁੜੇ ਹੋਏ ਨੇ। ਖੰਡੇ ਦੀ ਪੌਲ ਤਿਆਰ ਕਰਨ ਵਾਸਤੇ ਅੱਜ ਵੀ ਤੁਸੀਂ ਵੇਖੋ, ਜਿਹੜੇ ਅੱਜ ਇਹਨਾਂ ਕੁਝ ਵਧਿਆ ਨਾ, ਉਹਦੇ ਪਿੱਛੇ ਕਾਰਨ ਸਾਡੇ ਲੋਕਾਂ ਦੇ ਰਾਹ ਖੋਲੇ ਉਹਨਾਂ ਵਾਸਤੇ। ਗੁਰੂ ਸਾਹਿਬ ਨੇ ਸਾਨੂੰ ਇਹ ਕੀਤਾ ਸੀ ਜਦੋਂ ਬਾਬੇ ਕਬੀਰ ਵਰਗੇ ਯੋਧਿਆਂ ਨੇ ਸ਼ਬਦ ਉਚਾਰਨ ਕੀਤੇ ਕਿ ਗਰਭ ਵਾਸ ਨੇ ਕੁਰ ਨਹੀਂ ਜਾਤੀ, ਬ੍ਰਹਮ ਬਿੰਦ ਸਾਬੂ ਤਪਾਤੀ, ਕੌਰੇ ਪੰਡਤ ਬਾਹਮਣ ਕੰਮ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਖੋਏ। ਕਿੱਡੇ ਵਜ਼ਨਦਾਰ ਸ਼ਬਦ ਸਨ, ਤੂੰ ਬ੍ਰਾਹਮਣ ਕਿਵੇਂ ਬਣ ਗਿਆ, ਮਾਤਾ ਦੇ ਗਰਭ ਵਿੱਚ ਤੂੰ ਵੀ ਉਦਾਂ ਪਲਦਾ ਰਿਹਾ, ਅਸੀਂ ਵੀ ਉਦਾਂ ਪਲਦੇ ਰਹੇ ਹਾਂ, ਤੇਰਾ ਵੀ ਜਨਮ ਉਦਾਂ ਹੋਇਆ, ਸਾਡਾ ਵੀ ਉਦਾਂ ਜਨਮ ਹੋਇਆ। ਇਹ ਪਹਿਲੇ ਮਰਦ ਸੁਣਦੇ ਸਨ ਜਿਹੜੇ ਆਮ ਵਰਗ ਦੇ ਹੱਥ ਵਿੱਚ ਗੁਰੂ ਸਾਹਿਬ ਨੇ ਉਤਰੇ ਸਨ। ਹੌਸਲਾ ਹੋਇਆ, ਭਗਤ ਰਵਿਦਾਸ ਹੋ ਗਏ, ਭਗਤ ਕਬੀਰ ਜੀ ਨਾਲ ਕਾਫਲਾ ਸਾਰਿਆਂ ਦੀ ਵਿਚਾਰ ਲਿਆ ਕੇ ਇੱਕ ਥਾਂ ਤੇ ਅੰਕਿਤ ਕੀਤੀ। ਪਰ ਅੱਜ ਅਫਸੋਸ ਹੈ, ਕੋਈ ਭਗਤ ਨੂੰ ਭਗਤ ਰਵਿਦਾਸ ਨੂੰ ਵੱਖਰਾ ਕਰਨਾ ਚਾਹੁੰਦਾ ਹੈ, ਕੋਈ ਭਗਤ ਕਬੀਰ ਨੂੰ ਵੱਖਰਾ ਕਰਨਾ ਚਾਹੁੰਦਾ ਹੈ, ਅਸੀਂ ਤਾਂ ਅੱਜ ਵੀ ਉੱਥੇ ਹੀ ਹਾਂ, ਅਸੀਂ ਤਾਂ ਭਗਤਾਂ ਨੂੰ ਜਾਤਾਂ ਦੇ ਆਧਾਰ ਤੇ ਵੇਖ ਰਹੇ। ਜੇ ਚਾਰ ਜ਼ਿਮੀਦਾਰ ਕਿਤੇ ਹੋਣਗੇ ਉਹ ਕਹਿਣਗੇ ਅਸੀਂ ਭਗਤ ਧੰਨੇ ਦਾ ਬਣਾਉਣਾ ਹੈ,
ਜੇ ਚਾਰ ਉਦਾਸੀਆਂ ਇਕੱਠੇ ਹੋਣ ਕੋਈ ਕਹਿੰਦੇ ਸਿਰਫ ਪਵਿੱਤਰ ਉਦਾਸ ਹੋਣਾ ਉਹ ਪਰਿਓ ਉਹ ਸਾਖੀ ਸੁਣ ਲਓ ਜਿਹੜੇ ਬਾਪੂ ਦੇ ਚਾਰ ਪੁੱਤ ਸਨ ਜਦੋਂ ਬਾਪੂ ਪ੍ਰਾਣ ਤਿਆਗਣ ਲੱਗਾ ਕਿਸੇ ਨੇ ਆਪਣੀ ਕਾਲ ਚ ਫੂਕ ਮਾਰੀ ਬਜ਼ੁਰਗਾ ਤੂੰ ਮਰ ਜਾਣਾ ਹੈ ਤੇ ਪੁੱਤਰਾਂ ਨੇ ਤੇਰੀ ਕੀਤੀ ਹੋਈ ਕਮਾਈ ਨੂੰ ਦਿਲਾਂ ਵਿੱਚ ਰੋੜ ਦੇਣਾ ਹੈ ਬਜ਼ੁਰਗ ਬੜਾ ਸਿਆਣਾ ਸੀ ਕਹਿੰਦਾ ਮੇਰੇ ਚਾਰੇ ਪੁੱਤਰਾਂ ਨੂੰ ਮੇਰੇ ਕੋਲ ਲਿਆਓ ਉਹਨੇ ਇੱਕ ਸੋਟੀ ਦਿੱਤੀ ਕੱਲੇ ਕੱਲੇ ਦਾ ਤੋੜ ਕੇ ਲਿਆਓ ਉਹ ਮਿੰਟਾਂ ਦੀ ਤੋੜ ਲਿਆ ਕੱਲੇ ਕੱਲੇ ਪੁੱਤ ਨੂੰ ਚਾਰ ਦਿਨ ਸੋਟੀਆਂ ਤੇ ਮੇਰੇ ਪੁੱਤ ਇਕੱਠੀਆਂ ਤੋੜ ਕੇ ਲਿਆਓ ਚਾਰੇ ਆ ਗਿਆ ਤੇ ਬਾਪੂ ਟੁੱਟਦੀਆਂ ਨਹੀਂ ਕਹਿੰਦੇ ਕਿਉਂ ਕਦੇ ਕੱਲੀ ਤੋੜਨੀ ਸੌਖੀ ਹੈ ਚਾਰ ਇਕੱਠੀਆਂ ਤੋੜਨੀਆਂ ਔਖੀਆਂ ਨੇ ਕਹਿੰਦਾ ਪੁੱਤ ਕੱਲੇ ਕੱਲੇ ਛੇਤੀ ਟੁੱਟ ਜਾਓਗੇ ਇਕੱਠੇ ਹੋ ਕੇ ਤੁਹਾਨੂੰ ਕੋਈ ਤੋੜ ਨਹੀਂ ਸਕੇਗਾ ਸਾਡੇ ਗੁਰੂ ਨੇ ਇੱਕ ਕੀਤਾ ਸੀ ਇੱਕ ਪਿਤਾ ਇੱਕ ਸਕੇ ਹਮ ਬਾਲਕ ਤੂੰ ਮੇਰਾ ਅੱਜ ਗੁਰੂ ਵਾਲੇ ਦਾਤਾ ਦੇ ਦਾਤਾ ਹੋਵੇ ਕੋਈ ਆਪਣਾ ਵੀ ਕੰਮ ਬਣੀ ਹੋ ਮਰ ਲਵੇ ਦੇ ਪਿੱਛੇ ਉਦੋਂ ਬਣੀਆਂ ਵੀ ਦਾਤਾ ਦੇ ਦਾਤਾ ਹੋ ਗਿਆ ਇਹ ਬਿਮਾਰੀ ਹੈ ਜਿਹੜੀ ਸਾਡੇ ਅੰਦਰ ਵੜ ਚੁੱਕੀ ਹੈ ਇਹ ਇਸੇ ਗੁਰੂ ਦਾ ਬੇਪਰ ਖੁਸ਼ ਹੋ ਗਿਆ ਤਾਲੀਆਂ ਮਾਰ ਕੇ ਖੁਸ਼ ਹੋ ਗਿਆ ਉਹ ਕਹਿੰਦਾ ਸ਼ੁਕਰ ਹੈ ਜਿਹੜੀ ਦਲਦਲ ਚੋਂ ਨੂੰ ਕੱਢਿਆ ਸੀ ਖੁਦ ਹੀ ਮਰ ਗਿਆ ਅੱਜ ਤਾਲੀ ਮਾਰ ਕੇ ਖੁਸ਼ ਨਹੀਂ ਹੁੰਦਾ ਆਏਗਾ ਕਿ ਜਿਹੜੇ ਕੰਮ ਕਾਣਾ ਗੁਰੂ ਨਾਨਕ ਸਾਹਿਬ ਮੇਰੀਆਂ ਅੱਖਾਂ ਚੱਖਾਂ ਪਾ ਕੇ ਮੇਰੇ ਸਾਹਮਣੇ ਆ ਕੇ ਗੱਲਾਂ ਕਰਦੇ ਰਹੇ ਰੋ ਕੇ ਵਿਖਾਓ ਆਪਣੇ ਦੂਜੇ ਪੰਥ ਨੂੰ ਸਾਰੇ ਕੰਮ ਲਈ ਜਾਂਦੇ ਜੋ ਟਾਲੇ ਨਹੀਂ ਹੈ ਗੁਰੂ ਕਿਰਪਾ ਕਰੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਠਾਕੁਰ ਨੂੰ ਗਾਉਣਾ ਹੈ ਜੇ ਅੰਦਰ ਦੇ ਪਿਆਰ ਨਾ ਗਿਆ ਅੰਦਰੋਂ ਠਾਕੁਰ ਗਾਈ ਗਏ ਆਤਮ ਰੰਗ ਸ਼ਰਨੀ ਪਾਵਨ ਰਾਮ ਧਿਆਵਨ ਸਹਿਜ ਸੁਭਾਵਨ ਸੰਗ ਸ਼ਰਨੀ ਪਾਵਨ ਉਹੀ ਸ਼ਬਦ ਟਿਕੇ ਰਹਿ ਨਾਮ ਧਿਆਵਨ ਉਹਦੇ ਨਾਮ ਨੂੰ ਧਿਆਉਂਦਾ ਰਹਿ ਸਹਿਜ ਸਦਾ ਟਿਕਿਆ ਰਹਿੰਦਾ ਅੰਦਰੋਂ ਗਾ ਦਿਲੋਂ ਮੁਹੱਬਤ ਜਿਨਾ ਅੱਗੇ ਕੀ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਠਾਕੁਰ ਨੂੰ ਬਣਾ ਕੇ ਅੰਦਰੋਂ ਗਾ ਇਹ ਠਾਕੁਰ ਦਾ ਸਾਹਿਬ ਕੋਈ ਅੰਦਰੋਂ ਗਾ ਨਹੀਂ ਤੇ 730 ਅੰਕ ਦੇ ਸ਼ਬਦ ਪੜੋ ਗੁਰੂ ਸਾਹਿਬ ਦੀਆਂ ਬਾਣੀ ਦੀ ਵਿਚਾਰ ਪੜ੍ਹ ਕੇ ਦੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਤੋਂ ਇਹ ਨਿਤ ਸ਼ਬਦ ਇਹ ਵੀ ਦੇ ਚੁੱਕਾ ਹੈ ਜਿਵੇਂ ਪਾਤਾਲ ਪਾਤਾਲ ਰੱਖ ਆਗਾਸ਼ਾ ਅੰਗਾਸ਼ਾ ਪਾਤਾਲ ਪਾਤਾਲ ਰੱਖ ਆਗਾਸ਼ਾ ਅੰਗਾਸ਼ਾ ਵੀ ਲੱਖਾਂ ਪਤਾ ਲੱਖਾਂ ਅੰਗਾਸ਼ ਡੇਲੀ ਦੀ ਸ਼ਬਦ ਇਹਦਾ ਹੀ ਨਿਤ ਡੇਲੀ ਦੀ ਸ਼ਬਦ ਹੈ ਹਰ ਹਰ ਕਰੇ ਨਿਤ ਹਰੀ ਹਰੀ ਵੀ ਨਿਤ ਕਰਦਾ ਨਿਤ ਕਪਟ ਵੀ ਪਾਈ ਜਾਂਦਾ ਮਾਰੇ ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਤੁਸੀਂ ਇੱਕ ਬੰਨੇ ਉਹ ਘਰ ਨਾਲ ਸਾਫ਼ ਕਰੀ ਜਾਓ ਤੇ ਦੂਜੇ ਬੰਨੇ ਪਿੱਛੇ ਨਿਆਣੇ ਖਲਾਰਾ ਪੈ ਜਾਣ ਆਪਾਂ ਆਪ ਨਹੀਂ ਜਾਂਦੇ ਕਿਉਂ ਸੱਸ ਨਹੀਂ ਮੇਰੀਆਂ ਭੈਣਾਂ ਨੂੰ ਇਹ ਗੱਲ ਛੇਤੀ ਸਮਝ ਆਉਣੀ ਬੱਚੇ ਘਰ ਹੋਣ ਛੁੱਟੀ ਵਾਲਾ ਦਿਨ ਹੋਵੇ ਸਾਰੇ ਆਪਾਂ ਗਏ ਹੋਈਏ ਇੱਧਰੋਂ ਜਦੋਂ ਬੱਚੇ ਸਕੂਲ ਗਏ ਨੇ ਉਦੋਂ ਸੌਖਾ ਹੁੰਦਾ ਛੋਟੇ ਛੋਟੇ ਬੱਚੇ ਹੋਣ ਆਪਾਂ ਨਾਲ ਨਾਲ ਬੈਡਸ਼ੀਟ ਵਸਾਈਏ ਘਰ ਦੇ ਸਫਾਈ ਕਰ ਲਈਏ ਨਾਲ ਨਾਲ ਹੀ ਬੱਚੇ ਖਲਾਰਾ ਪੈ ਜਾਣ ਤੇ ਆਪਾਂ ਨੂੰ ਗੁੱਸਾ ਨਹੀਂ ਹੁੰਦਾ ਵੀ ਮੇਰੀ ਸਫਾਈ ਕਰਨ ਦਾ ਵੀ ਫਾਇਦਾ ਜੇ ਮਗਰੇ ਗੰਦ ਪਾਉਣੇ ਨੇ ਤੇ ਮਹਾਰਾਜ ਕਹਿੰਦੇ ਇਹੋ ਹੀ ਹਾਲ ਬੰਦੇ ਤੇਰ ਰਾਤ ਗੰਦ ਪਾ ਲੈ ਸਵੇਰੇ ਉੱਠ ਕੇ ਪਾਠ ਕਰ ਲੈਂਦੇ ਸਵੇਰੇ ਉੱਠ ਕੇ ਫਿਰ ਪਾਠ ਕਰ ਲੈਣਾ ਦਿਨੇ ਫਿਰ ਗੰਦ ਪਾ ਲੈਂਦੇ ਸ਼ਾਮ ਨੂੰ ਫਿਰ ਪਾਠ ਕਰ ਲੈਂਦੇ ਬੱਚਿਆਂ ਉੱਤੇ ਤੇ ਖੇਡ ਚੜ੍ਹਦੀ ਹੈ ਮਹਾਰਾਜ ਕਹਿੰਦੇ ਤੂੰ ਹੀ ਉਹੀ ਕੰਮ ਕਰੀ ਜਾਂਦਾ ਕੰਮ ਤੇ ਤੇਰਾ ਵੀ ਉਹ ਯਾਰ ਫਰਜ਼ ਤੇਰਾ ਵੀ ਕੋਈ ਨਹੀਂ
ਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਤਰ੍ਹਾਂ ਨਿਤ ਕਪਟ ਕਮਾਵੈ ਹਿਰਦਾ ਸ਼ੁੱਧ ਨ ਹੋਈ ਅਰ ਦਿਨ ਕਰਮ ਕਰੈ ਬਹੁ ਤੇਰੇ ਦਿਨ ਰਾਤ ਕਰਮ ਕਰਦਾ ਹੈ ਪਰ ਸਰੀਰ ਦੇ ਤਾਲੁਕ ਮਨ ਉਹਨਾਂ ਕਰਮਾਂ ਵਿੱਚ ਸ਼ਾਮਲ ਨਹੀਂ ਹੈ ਸਰੀਰ ਦੇ ਤਾਲੁਕ ਉੱਪਰ ਕਰਮ ਕਰੀ ਜਾਂਦਾ ਹੈ ਅਨ ਦਿਨ ਕਰਮ ਕਰੈ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਤਾਂ ਹੀ ਬੰਦੇ ਨੂੰ ਸੁਪਨਾ ਵੀ ਕਦੀ ਸੁੱਖ ਦਾ ਨਹੀਂ ਹੁੰਦਾ ਉਹਦਾ ਸੁੱਖ ਮਿਲਣਾ ਤੇ ਬਹੁਤ ਦੂਰ ਦੀ ਗੱਲ ਹੈ ਸੁਪਨੇ ਜੀ ਕਿਸੇ ਇਹ ਵੇਦਾ ਮਗਰ ਹਾਥੀ ਭਜਾਉਂਦਾ ਮਗਰ ਸੱਪ ਭਜਾਉਂਦਾ ਮਗਰ ਪੁਲਿਸ ਲੱਗੀ ਹੈ ਰੇਤਾ ਵੇਦ ਬਹੁਤ ਪੈਰ ਰੇਤਾ ਖੁੱਲੇ ਹੋਏ ਨੇ ਸਾਹ ਸਾਈ ਹੋਇਆ ਅੱਧੀ ਰਾਤ ਉੱਠ ਕੇ ਬਹਿ ਜਾਂਦਾ ਘਰ ਦੇ ਮੁੰਡੇ ਕੀ ਹੋਇਆ ਕਿਹੜਾ ਬੜਾ ਡਰਾਉਣਾ ਸੁਪਨਾ ਵੇਖਿਆ ਪਤਾ ਨੀ ਮੈਨੂੰ ਸਮਝ ਨਹੀਂ ਆ ਰਹੀ ਪੁਲਿਸ ਲੱਗੀ ਮਗਰ ਲੱਗੀ ਹੈ ਸੁਪਨੇ ਵਿੱਚ ਵੀ ਕਦੀ ਕਿਸੇ ਨੂੰ ਮਰਿਆ ਨਹੀਂ ਵੇਖਦਾ ਕਦੀ ਸੁਣਨਾ ਨਹੀਂ ਆਇਆ ਕਦੀ ਗੁਰਦੁਆਰੇ ਵਿੱਚ ਬੈਠਾ ਰਾਤ ਨੂੰ ਕਦੀ ਸੁਪਨਾ ਇੱਦਾਂ ਲਿਆ ਤੂੰ ਜਪੀ ਸਾਹਿਬ ਦਾ ਪਾਠ ਕਰ ਲਿਆ ਕਦੀ ਏਦਾਂ ਦਾ ਸੁਪਨਾ ਵੀ ਆਇਆ ਕਿ ਅੱਜ ਤੂੰ ਗੁਰਦੁਆਰੇ ਬਹਿ ਕੇ ਕਥਾ ਸੁਣ ਲਿਆ ਕਦੀ ਏਦਾਂ ਦਾ ਸੁਪਨਾ ਵੀ ਆਇਆ ਕਿ ਅੱਜ ਸੁਪਨੇ ਨੂੰ ਸਹਿਜ ਪਾਠ ਦੇ ਚਾਰ ਪੰਦਰਾਂ ਅੰਕ ਕਰ ਗਿਆ ਇਹੋ ਜਿਹੇ ਸੁਪਨੇ ਕਿਉਂ ਆਉਂਦੇ ਤੁਹਾਨੂੰ ਕਦੀ ਤੇਰੇ ਬਾਅਦ ਹਾਥੀ ਭੱਜਦਾ ਕਦੀ ਸੱਪ ਭੱਜਦਾ ਰੰਗ ਮਾਰ ਲੱਗਦਾ ਤੂੰ ਸਾਹ ਸਾਈ ਹੋ ਜਾਂਦਾ ਕਰਮੇ ਜਿਸਨੇ ਸਿੱਖ ਬਣਦਾ ਉਹਦੇ ਵਿੱਚ ਸ਼ਾਮਲ ਹੁੰਦਾ ਹੀ ਨਹੀਂ ਉਹ ਤੇ ਹੋਰ ਹੀ ਕੰਮਾਂ ਚ ਲੱਗਾ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਅੰਦਰ ਨੂੰ ਕਈ ਵਾਰੀ ਕਈ ਸਵਾਲ ਕਰ ਮਾਤਾ ਮਿਲੀ ਕਹਿੰਦੀ ਪੁੱਤ ਜਦੋਂ ਪਾਠ ਕਰਦੀ ਨਾ ਮੇਰੇ ਕੋਲ ਗੁਟਕਾ ਜ਼ਮੀਨ ਤੇ ਡਿੱਗ ਪੈਂਦਾ ਨੀਂਦ ਆ ਜਾਂਦੀ ਹੁਣ ਮੈਂ ਵੀ ਉਹਦੀ ਭਾਸ਼ਾ ਜੀ ਪੁੱਛਣਾ ਸੀ ਮਾਤਾ ਨੂੰ ਮੈਂ ਕਿਹਾ ਮਾਤਾ ਸੱਚ ਦੱਸੀ ਮੈਂ ਤੈਨੂੰ ਸੱਚੀ ਸੱਚੀ ਜਵਾਬ ਦੇਵਾਂਗਾ ਕਹਿੰਦੇ ਠੀਕ ਹੈ ਪੁੱਤ ਮੈਂ ਕਿਹਾ ਜਦੋਂ ਨੌ ਦੀਆਂ ਚੁਗਲੀਆਂ ਕਰਦੀ ਉਦੋਂ ਨੀਂਦ ਆਉਂਦੀ ਕਦੀ ਸੱਚੀ ਉਹਨੂੰ ਤਿਆਗ ਹੀ ਨਹੀਂ ਕਰਦੀ ਕਿਉਂਕਿ ਚੁਗਲੀਆਂ ਕਰਨ ਲੱਗਿਆ ਚੇਤੇ ਕਰ ਕਰਕੇ ਕਰਨੀਆਂ ਪੈਂਦੀਆਂ ਕੱਲ ਨੇ ਕੀ ਕੀਤਾ ਕੱਲ ਮਿਰਚਾਂ ਵੱਲ ਪਾ ਦੀਆਂ ਪਰਸੋਂ ਦਾਜ ਨਮਕੀ ਵੱਧ ਪਾ ਤਾ ਪੀ ਕੇ ਗਈ ਸਾਰੇ ਪਿੱਛੋਂ ਬੈਗ ਭਰ ਕੇ ਲੈ ਜਾਂਦੀ ਉਹ ਤੂੰ ਖਾਲੀ ਲੈ ਕੇ ਆਉਂਦੀ ਮੈਂ ਕਿਹਾ ਮਾਤਾ ਕਦੀ ਚੁਗਲੀਆਂ ਕਰਨ ਲੱਗੇ ਨੀ ਆਉਂਦੀ ਕਦੀ ਉਦੋਂ ਕਦੀ ਆਉਂਦੀ ਵੈਸੇ ਮਾਂ ਬੜੀ ਇਮਾਨਦਾਰ ਸੀ ਕਦੀ ਉਦੋਂ ਨੀ ਆਉਂਦੀ ਪਾਠ ਕਰਨ ਲੱਗਿਆ ਹੁਣ ਕਾਜੀ ਨੇ ਤੇ ਜਾ ਡਿੱਗਦਾ ਮੈਂ ਕਿਹਾ ਮਾਤਾ ਉਦੋਂ ਕਿਉਂ ਨੀ ਕਹਿੰਦੀ ਉਦੋਂ ਖੇਤੇ ਕਰ ਕਰਕੇ ਕਰਨੀਆਂ ਪੈਂਦੀਆਂ ਮੈਂ ਕਿਹਾ ਉਹ ਚੇਤਾ ਇੱਧਰ ਵੀ ਲੈ ਆਓ ਭਾਈ ਗੁਰਦਾਸ ਨੇ ਇਹੋ ਤੇ ਲਿਖਿਆ ਜੈਸੇ ਮਨ ਲਾਗਤ ਹੈ ਲੇ ਤੋਂ ਲੈ ਕੇ ਬਿਠਾ ਹਰ ਜਾ ਸੁਣੀ ਜਤਨਾ ਪੈਸੋ ਠਹਿਰਾ ਹੋਵੇ ਜਿਹਨਾਂ ਮਨ ਸਾਰਾ ਬਿਣ ਫਰਜ ਵਿਹਾਰ ਵਿੱਚ ਲੱਗਦਾ ਉਹ ਮਾਰੇ ਤੋਂ ਕਿਉਂ ਨੀ ਲੱਗਦਾ ਕਿਉਂਕਿ ਉਧਰੋਂ ਸਵਾਦ ਆਉਂਦਾ ਅੱਜ ਤੱਕ ਉਹ ਬੰਦਾ ਆਪਣੇ ਕਲਾਸ ਦੇ ਮੂੰਹ ਵੇਖਣ ਗਿਆ ਹੋਵੇ ਥੀਏਟਰ ਕਦੀ ਉਹਨੇ ਕਿਹਾ ਮੈਨੂੰ ਨੀਂਦ ਆਉਂਦੀ ਹੈ ਢਾਈ ਘੰਟੇ ਉੱਥੇ ਮੇਰੀ ਅੱਖ ਲੱਗ ਗਈ ਜਾਂ ਇੰਜ ਹੋਇਆ ਕਦੀ ਤੂੰ ਉੱਥੇ ਜਾ ਕੇ ਸਟੋਰੀ ਸੁਣ ਕੇ ਘਰ ਆਉਣ ਕੇ ਸੁਣਾ ਦਾ ਉਹ ਤਾਂ ਸਾਰਾ ਟੁੱਬਰ ਹੀ ਜਾਂਦਾ ਪਰ ਜਦੋਂ ਪਾਠ ਵਿਖਾਇਆ ਹੋਵੇ ਨਾ ਸਾਨੂੰ ਇਹ ਚਿੰਤਾ ਹੁੰਦੀ ਲਾ ਕੇ ਪਾਰਟੀ ਸਿੰਘ ਦੇ ਬੈਠੇ ਇੱਧਰ ਹੋਣ ਜਾਗੇ ਦਾ ਕੌਣ ਪੈਸੇ ਉਲਟਾ ਇਹ ਕੰਮ ਹੀ ਮੁਕਾਤਾ ਪੁੱਕਾ ਪੁੱਕਾ ਦਿਆ ਉਹ ਕੰਮ ਜਿਵੇਂ ਖਾਣਾ ਬਣਿਆ ਬਣਾਤਾ ਮਿਲਦਾ ਦਾ ਕੰਮ ਹੀ ਮਿਲਦਾ ਆਪਾਂ ਉਹ ਪੁੱਕਾ ਪੁੱਕਾ ਪੈਕੇਟ ਲਾਓ ਪਾਠ ਲਾਓ ਗੱਲ ਨਿਬੜ ਵੀ ਜਾਵੇ ਕੌਣ ਕੋਲ ਬਹਿ ਕੇ ਸੁਣਦਾ ਰਹੇ ਲੱਗੇ ਕੌਣ ਇੰਨਾ ਸਮਾਂ ਲਾਏਗਾ ਜੀ ਨਿਕਲੇਗਾ ਵੀ ਤੋ ਕਦੀ ਨਾ ਪਿਆਰੇ ਗੁਰੂ ਸਾਹਿਬ ਨੇ ਆਖਿਆ ਮਨ ਸ਼ਾਮਲ ਕਰ ਆਪਣਾ ਮਨ ਸ਼ਾਮਲ ਕਰ ਜੇ ਮਨ ਇਸ ਸਮੇਂ ਤੁਰੇਗਾ ਤਾਂ ਜਾ ਕੇ ਸਾਰੀ ਕੁਆੜੀ ਦੀ ਜਾਲ ਤੇ ਮਨ ਮਨ ਮੇਰਾ ਸਭ ਕੁਛ ਮੇਰਾ ਤਨ
ਮਨ ਅੱਛਾ ਨਾ ਹੋਵੇ ਤਾਂ ਧੋਤਿਆਂ ਮਾਂ ਦੇ ਸਾਥ ਨਹੀਂ ਹੋਣਾ, ਮਨ ਨੂੰ ਧੋਣਾ ਪੈਣਾ ਤੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਸਾਫ ਕਰਨਾ ਪੈਣਾ। ਜਿਵੇਂ ਬਾਣੀ ਚ ਆਪਾਂ ਪੜਿਆ ਸੀ, ਬਾਹਰ ਦੇਵ ਪਖਾ ਨਹੀਂ ਹੈ ਜੇ ਮਨ ਧੋਏ ਕੋਏ, ਝੂਠ ਲਹਿ ਜਿਉ ਮਨ ਜੀਏ ਮੋਖ ਪਿਆਰਾ ਹੋਏ। ਜਿਹੜਾ ਸਰੀਰ ਨੂੰ ਬਾਹਰ ਤੂੰ ਮੈਲਾ ਕੱਪੜਾ ਪਾਉਣ ਨੂੰ ਤਿਆਰ ਨਹੀਂ, ਤੂੰ ਮੈਲੇ ਬਰਤਨ ਖਾਣ ਨੂੰ ਤਿਆਰ ਨਹੀਂ ਤੇ ਮੈਲੇ ਹਿਰਦੇ ਵਿੱਚ ਸਭ ਨੂੰ ਕਿੱਦਾਂ ਦੇਖਦਾ ਹੈਗਾ, ਸਮਾਨ ਤਾਂ ਪਹਿਲੇ ਬੜਾ ਭਰਿਆ ਪਿਆ, ਇਹ ਸਾਫ ਕਰਨ ਨੂੰ ਤਿਆਰ ਨਹੀਂ। ਸਾਸ ਜੀ ਇੱਕ ਬਰਤਨ ਚ ਪਾਣੀ ਪਿਆ ਹੋਵੇਗਾ, ਅੱਧੇ ਗਲਾਸ ਚ ਪਾਣੀ ਹੋਵੇ, ਦੂਜੇ ਨੂੰ ਆਪਾਂ ਕਹੀਏ ਦੁੱਧ ਪਾ ਦੇ, ਉਹ ਕਹੇਗਾ ਫਿਰ ਪਾਣੀ ਡੋਲ, ਫਿਰ ਦੁੱਧ ਪਾਵਾਂਗੇ, ਤੇਰਾ ਪਾਣੀ ਡੋਲ। ਆਪਾਂ ਜਿੱਦ ਕਰੀਏ ਨਹੀਂ, ਤੂੰ ਪਾਣੀ ਵਿੱਚ ਹੀ ਦੁੱਧ ਪਾ ਦੇ, ਅੱਧੇ ਗਲਾਸ ਚ ਪਾਣੀ ਹੈ ਉਹ ਅੱਧਾ ਗਲਾਸ ਦੁੱਧਾ ਪਾ ਦੇ, ਉਹਦਾ ਕੀ ਨਾਂ ਲਵਾਂਗੇ ਤੇ ਆਪਾਂ ਬੋਲ ਕੇ ਦੱਸੋ। ਬੋਲੋ ਸਾਸ ਜੀ, ਕੱਚੀ ਲੱਸੀ, ਨਾ ਉਹ ਪਾਣੀ ਰਹਿ ਗਿਆ ਨਾ ਉਹ ਦੁੱਧ ਰਹਿ ਗਿਆ, ਦੋਵਾਂ ਦੇ ਨਾਲ ਹੀ ਰਹੇ, ਨਾ ਉਹ ਦੁੱਧ ਹੀ ਰਿਹਾ ਨਾ ਉਹ ਪਾਣੀ ਰਿਹਾ, ਕੀ ਬਣ ਗਈ? ਅੱਜ ਮਨੁੱਖ ਆ ਰਿਹਾ ਗੁਰੂ ਕੋਲ ਅਧੇਰ ਦੇ ਵਿੱਚ ਕਰਮ ਕਾਂਡ ਹੈ, ਗੁਰੂ ਆਂਦਾ ਅਧੇਰ ਦੇ ਸਿੱਖੀ ਪਾਦੇ ਮਹਾਰਾਜ ਕਹਿੰਦੇ ਪਿਆਰਿਆ ਇਹ ਕੱਚੀ ਲੱਸੀ ਬਣ ਜਾਣਗੇ। ਅੱਜ ਸੇਬ ਪਾਉਣ ਦਾ ਬਹੁਤ ਵੱਡਾ ਹਿੱਸਾ ਕੀ ਚੁੱਕੀ ਫਿਰਦਾ ਹੈ ਜੀ, ਬੋਲ ਕੇ ਦੱਸੋ ਸਾਸ ਰਿਹਾ ਜੀ। ਬੋਲੋ ਭੈਣੋ ਕੀ ਚੁੱਕੀ ਫਿਰਦਾ ਜੀ, ਕੱਚੀ ਲੱਸੀ। ਭਾਈ ਮੰਨ ਆਇਆ ਮਹਾਰਾਜ ਕੋਲ, ਮਹਾਰਾਜ ਸਿੱਖੀ, ਮਹਾਰਾਜ ਨੇ ਸਿੱਖੀ ਉਹ ਤੇ ਸਿੱਖੀ ਨੂੰ ਟਿਕ ਦੀ, ਸਾਹਿਬ ਉਹਦੇ ਘਰੋਂ ਕਬਰ ਨਹੀਂ ਕਰਾਉਣ ਗਏ, ਉਹਦੀ ਸੁਰਤ ਵਿੱਚੋਂ ਕਬਰ ਵਿਚਾਰਾਂ ਨਾਲ ਕੱਢ ਦਿੱਤੀ, ਘਰ ਦੀ ਕਬਰ ਆਪੇ ਟਾਈ ਜਾ ਗਈ। ਘਰ ਕਿਸੇ ਦੇ ਘਰ ਜਾ ਕੇ ਕਬਰ ਢਾਇਆ ਕੀ ਹੋਏਗਾ, ਮੈਂ ਜੇ ਢਾ ਵੀ ਆਵਾਂਗਾ ਜੇ ਉਧਰੋਂ ਮੰਨਦਾ, ਮੰਨ ਲਓ ਜੇ ਮੈਂ ਕਿਸੇ ਦੇ ਘਰ ਜਾ ਕੇ ਜ਼ਬਰਦਸਤੀ ਕਬਰ ਢਾਇਆ, ਉਹ ਅੰਦਰੋਂ ਤੇ ਮੰਨਦਾ, ਮੈਂ ਕਬਰ ਢਾ ਕੇ ਜੇ ਉੱਥੋਂ ਨਿਕਲਣਾ ਉਹਨੇ ਜਿਹੜੀਆਂ ਇੱਟਾਂ ਕਬਰ ਲੱਗੀਆਂ ਉਹਦੇ ਨਾਲ ਅਰਦਾਸਾਂ ਕਰਨ ਲੱਗ ਪੈਣਾ, ਮਹਾਰਾਜ ਪੀਰ ਜੀ ਬਖਸ਼ ਲਿਓ ਇਹਨਾਂ ਨੂੰ ਤੁਹਾਡੀ ਲੀਲਾ ਦਾ ਵੀ ਪਤਾ, ਉਹਨੇ ਉਸੇ ਕਬਰ ਨਾਲ ਇੱਕ ਇੱਟ ਟੋਕੇ ਦੀਵਾ ਭੇਜ ਲਾ ਦੇਣਾ। ਪਰ ਜੇ ਉਹਦੇ ਅੰਦਰੋਂ ਕਬਰ ਢਹਿ ਗਈ ਨਾ, ਫਿਰ ਭਾਵੇਂ ਘਰੋਂ ਕਬਰ ਢਾਉਣ ਹੀ ਨਾ ਜਾਇਓ, ਉਹਦੇ ਉੱਪਰ ਖੇਡਣ ਆਪਣਾ ਲੈਣਿਆਂ ਨੇ, ਉਹਦੀ ਬੁਕਤ ਹੀ ਕੋਈ ਲੈਣੀ, ਕੋਈ ਵੈਲਿਊ ਨਹੀਂ ਲੈਣੀ ਪਰਿਵਾਰ ਦੀ ਨਜ਼ਰਾਂ ਵਿੱਚ ਉਸ ਕਬਰ ਦੀ, ਉਸ ਜਗ੍ਹਾ ਦੀ, ਉਸ ਫੋਟੋ ਦੀ, ਉਸ ਤਸਵੀਰ ਦੀ। ਗੁਰੂ ਜੀ ਕਹਿੰਦੇ ਆਪਣੇ ਅੰਦਰੋਂ ਵਿਚਾਰ ਧਾਰ ਪਿਆ, ਆਪਣੇ ਅੰਦਰ ਦੇ ਖਿਆਲ ਬਦਲ, ਆਪਣਾ ਸੁਭਾਅ ਚੇਂਜ ਕਰ, ਸਭ ਤੋਂ ਔਖਾ ਹੀ ਹੋਇਆ। ਜਿਹੜੇ ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕਰਮ ਚ ਕਿਹੜੀ ਕਰਾਮਾਤ ਹੈ, ਆਹ ਕਰਾਮਾਤ ਹੈ, ਆਹ ਕਰਾਮਾਤ ਹੈ, ਗੁਰੂ ਨਾਨਕ ਸਾਹਿਬ ਨੇ ਮਨੁੱਖ ਦੇ ਖਿਆਲ ਬਦਲੇ ਨੇ, ਮਨੁੱਖ ਦੀਆਂ ਵਿਚਾਰਾਂ ਬਦਲੀਆਂ ਨੇ, ਜਿਹੜੇ ਹੱਥ ਸੱਜਣ ਦੇ ਲੋਕਾਂ ਦੇ ਗਲ ਚ ਪੁੱਠਾ ਦਿੰਦੇ ਸਨ ਉਹ ਹੱਥ ਪਰ ਉਤਾਰ ਕਰ ਲੈਂਦਾ ਹੈ। ਆਹ ਆਹ ਕ੍ਰਾਂਤੀ ਗੁਰੂ ਨਾਨਕ ਦੇ ਘਰ ਵਿੱਚ ਹੈ, ਜਿਹੜਾ ਬਾਬਾ ਬਿਧੀ ਸਿੰਘ ਕਦੀ ਚੋਰੀ ਕਰਦਾ ਸੀ ਅੱਜ ਉਹ ਹੀ ਬਾਬਾ ਬਿਧੀ ਪਰ ਉਤਾਰ ਕਰਦਾ, ਗੁਰੂ ਅੰਦਰ ਦੇ ਖਿਆਲ ਬਦਲਦਾ ਹੈ, ਸੁਭਾਅ ਬਦਲਦਾ ਹੈ, ਵਿਚਾਰ ਬਦਲਦਾ ਹੈ, ਜਿਵੇਂ ਅੰਦਰੋਂ ਗਾਵਾਂ ਜਾਂਦਾ। ਮਹਾਰਾਜ ਕਹਿੰਦੇ ਨੇ ਠਾਕੁਰ ਗਾਈ ਆਇਆ ਕਮਲ, ਵੈਸੇ ਬਾਣੀ ਚ ਆਖਿਆ ਸੂਰ ਨੇ ਦੋ ਪ੍ਰਕਾਰ ਦੇ ਕਿ ਜਿਹੜੇ ਮੈਦਾਨੇ ਜੰਗ ਵਿੱਚ ਲੜਦੇ ਬਾਣੀ ਉਸ ਨੂੰ ਸੂਰ ਆ ਗਿਆ, ਜਿਹੜਾ ਅੰਦਰ ਦੀਆਂ ਬੁਰਿਆਂ ਖਿਆਲਾਂ ਨਾਲ ਜੂਝਦਾ ਉਸ ਨੂੰ ਵੀ ਸੂਰ ਆ ਗਿਆ। ਜਿਹਦੇ ਅੰਦਰ ਰੱਬ ਦਾ ਪਿਆਰ ਪੈਦਾ ਹੋ ਗਿਆ ਉਹ ਵੀ ਕਿਸੇ ਸੂਰ ਦੇ ਨਾਲੋਂ ਘੱਟ ਨਹੀਂ, ਜੇ ਅੰਦਰ ਨਾਲ ਜੰਗ ਲੜਨੀ ਆ ਗਈ। ਜੋ ਜਨ ਲੂਝੈ ਮਨੇ ਸਿਉ ਸੇ ਪੂਰੇ ਪ੍ਰਧਾਨਾ, ਉਹ ਪੂਰਾ ਪ੍ਰਧਾਨ ਹੈ ਜਿਹਨੂੰ ਆਪਣੇ ਮਨ ਨਾਲ ਜੰਗ ਕਰਨੀ ਆ ਗਈ, ਮਨ ਦੇ ਨਾਲ ਜੰਗ। ਵੈਸੇ ਔਖੀ ਬੜੀ ਹੈ ਮਨ ਦੇ ਨਾਲ ਜੰਗ ਕਰਨੀ,
ਸਿਧਾਰਥ ਸਮਝਾਈ ਸੀ ਮਨ ਜੀਤਾ ਜਗ ਜੀਤ। ਦੁਨੀਆਂ ਦੇ ਲੋਕ ਜਗ ਜਿੱਤਣ ਵਾਸਤੇ ਸਾਰੇ ਕੰਮ ਕਰਦੇ ਹੁੰਦੇ। ਗੁਰਦੇਵ ਨੇ ਉਹ ਗੱਲ ਸਮਝਾਈ ਸੀ ਉਹ ਜੋਗੀ ਲੋਕੋ ਆ ਮੁੰਦਰਾਂ ਤੋਂ ਕਰਨਾ ਹੈ। ਕਹਿੰਦੇ ਦੁਨੀਆਂ ਨੂੰ ਦੱਸਣ ਲਈ ਕਿ ਅਸੀਂ ਰੱਬ ਦੇ ਰਸਤੇ ਤੇ ਤੁਰੇ ਹੋਏ ਹਾਂ। ਕਹਿੰਦੇ ਤੁਸੀਂ ਕੰਮ ਕਰੋ, ਤਨ ਪਰਵਾਉਣ ਦੀ ਲੋੜ ਨਹੀਂ, ਸੰਤੋਖ ਧਾਰਨ ਕਰ ਲਓ, ਸੰਤੋਖ ਨੂੰ ਮੁੰਦਰਾ ਬਣਾ ਲਓ, ਸੰਤੋਖੀ ਬੰਦੇ ਦਾ ਦੁਨੀਆਂ ਨੂੰ ਆਪੇ ਪਤਾ ਲੱਗ ਜਾਂਦਾ ਰੱਬ ਦੇ ਰਸਤੇ ਤੇ ਤੁਰੇ ਜਾਂਦਾ। ਤਿੰਨ ਲੀਆਂ ਹੋਣ, ਤਿੰਨ ਜਵਾਈ ਹੋਣ, ਸੱਸ ਸੋਹਰੇ ਦੀ ਇੰਟਰਵਿਊ ਵੀ ਲਓ। ਹੇ ਮਾਂ, ਇਹਨਾਂ ਤਿੰਨਾਂ ਜਵਾਈਆਂ ਵਿੱਚੋਂ ਸਭ ਤੋਂ ਸੰਤੋਖੀ ਕਿਹੜਾ? ਇੱਕ ਸਕਿੰਟ ਵਿੱਚ ਦੋਵੇਂ ਜੀ ਹੋਣਗੇ। ਸਾਡਾ ਜਵਾਈ ਇੰਨਾ ਸੰਤੋਖੀ ਹੈ, ਕਦੀ ਧੀ ਨੂੰ ਤੰਗ ਨਹੀਂ ਕੀਤਾ, ਹਮੇਸ਼ਾ ਧੀ ਨੂੰ ਪੇਕੇ ਆਉਣ ਲੱਗੇ, ਇੱਕ ਸਿੱਖਿਆ ਦਿੱਤੀ ਹੈ ਪੁੱਤਰ, ਹਮੇਸ਼ਾ ਇੱਕ ਸਿੱਖਿਆ ਲੈ ਕੇ ਆਈ ਹੈ ਮੇਰੀ ਧੀ ਸਾਰੇ ਪਰਿਵਾਰ ਵਿੱਚੋਂ ਕਿ ਕਦੀ ਵੀ ਜਾ ਕੇ ਪੇਕੇ ਤੋਂ ਕੋਈ ਸੂਟ ਨਹੀਂ ਲੈ ਕੇ ਆਉਣਾ, ਕੋਈ ਚੀਜ਼ ਨਹੀਂ ਮੰਗਣੀ। ਹਰ ਵਸਤੂ ਮੇਰੇ ਜਵਾਈ ਨੇ ਸਹੁਰੇ ਘਰ ਵਿੱਚ ਹਰ ਇੱਕ ਚੀਜ਼ ਲੈ ਕੇ ਦਿੱਤੀ ਹੈ। ਤੇ ਜੇ ਬਾਕੀਆਂ ਬਾਰੇ ਖਿਆਲ ਪੁੱਛਿਆ ਜਾਵੇ, ਕਹਿੰਦੇ ਉਹ ਹਰ ਵਾਰੀ ਜਦੋਂ ਕੋਈ ਸਹੁਰੇ ਕੰਮ ਹੁੰਦਾ ਧੀ ਨੂੰ ਭੇਜ ਦਿੰਦੇ ਨੇ, ਜਾਓ ਆਪਣੇ ਡੈਡੀ ਕੋਲੋਂ ਥੋੜ੍ਹੀ ਜਿਹੀ ਮਦਦ ਲੈ ਆਓ, ਉਹਦੇ ਕੋਲੋਂ ਕੋਈ ਹੈਲਪ ਲੈ ਆਓ, ਉਹ ਤੁਹਾਡੀ ਮਦਦ ਕਰ ਦੇਵੇਗਾ। ਸੰਤੋਖੀ ਬੰਦੇ ਨੂੰ ਗੱਲ ਚ ਫੱਟਾ ਪਾਉਣ ਦੀ ਲੋੜ ਨਹੀਂ ਪੈਂਦੀ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਮੈਂ ਰੱਬ ਦੇ ਰਸਤੇ ਤੇ ਤੁਰਿਆ, ਘਰਾਂ ਚ ਨੋਟ ਕਰ ਲਓ, ਸਾਡੇ ਦੋ ਬੱਚੇ ਹੋਣ, ਮਾਂ ਨੂੰ ਪੁੱਛੋ ਮਾਂ ਇਹਨਾਂ ਦੋਵਾਂ ਬੱਚਿਆਂ ਤੋਂ ਸਭ ਤੋਂ ਵੱਧ ਸੰਤੋਖੀ ਕਿਹੜਾ? ਮਾਂ ਇੱਕ ਮਿੰਟ ਵੀ ਦੱਸੇਗੀ ਧੀ ਖਵਾ ਕੇ ਖੁਸ਼ ਹੈ ਜਾਂ ਪੁੱਤ ਖਵਾ ਕੇ ਖੁਸ਼ ਹੈ, ਹਰ ਇੱਕ ਨੂੰ ਪਤਾ ਹੁੰਦਾ। ਗੁਰੂ ਸਾਹਿਬ ਨੇ ਆਖਿਆ ਸੰਤੋਖ ਜੀਵਨ ਚ ਧਾਰਨ ਕਰ, ਕੰਨ ਪਰਵਾ ਕੇ ਮੁੰਦਰਾ ਪਾਉਣ ਦੀ ਲੋੜ ਨਹੀਂ। ਮੁੰਦਾ ਸੰਤੋਖ ਸ਼ਬਦ ਜੇ ਸਿੱਖਾਂ ਤੋਂ ਰੋਜ਼ ਬਾਣੀ ਪੜ੍ਹੇ, ਇੱਕ ਇੱਕ ਪੌੜੀ ਨੂੰ ਰੋਜ਼ ਵਿਚਾਰਦਾ ਜਾਵੇ, ਮੁੰਦਾ ਸੰਤੋਖ ਸ਼ਰਮ ਪੱਕ ਝੋਲੀ, ਤੁਸੀਂ ਆਦਮ ਚ ਖੱਪਰ ਕਿਉਂ ਰੱਖਦੇ ਹੋ ਆਪਣੇ ਧੀ ਮੰਗਣ ਲਈ? ਮਹਾਰਾਜ ਨੇ ਆਖਿਆ ਮਿਹਨਤ ਨੂੰ ਖੱਪਰ ਪਿਆ ਲਓ, ਮਿਹਨਤੀ ਬੰਦਾ ਕਦੀ ਮੰਗਿਆ ਨਹੀਂ ਕਰਦਾ, ਕਿਰਤੀ ਬੰਦਾ ਕਦੀ ਖੱਪਰ ਫੜ ਕੇ ਕਿਉਂ ਮੰਗੇਗਾ? ਮਿਹਨਤੀ ਬੰਦੇ ਦੇ ਕੋਲ ਠੂਠਾ ਹੋਏਗਾ ਸਾਹ ਸਕਣ ਚ, ਕਿਉਂ ਮੰਗੇਗਾ? ਮਹਾਰਾਜ ਨੇ ਆਖਿਆ ਆਦਮ ਚ ਖੱਪਰ ਫੜਨ ਦੀ ਬਜਾਏ ਮਿਹਨਤ ਕਰ, ਇਹੋ ਤੇਰੇ ਲਈ ਖੱਪਰ ਹੋਵੇ। ਸ਼ਰਮ ਪੱਕ ਝੋਲੀ, ਇੱਜ਼ਤ ਨੂੰ, ਸ਼ਰਮ ਨੂੰ, ਮਿਹਨਤ ਨੂੰ, ਚਾਹ ਨੂੰ, ਇਹ ਆਪਣੀ ਜ਼ਿੰਦਗੀ ਚ ਗੁਣ ਧਾਰਨ ਕਰ। ਮੁੰਡਾ ਸੰਤੋਖ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਸਵਾਹ ਕਿਉਂ ਮਲੀ ਹੈ? ਕਦੇ ਇਸ ਕਰਕੇ ਮਲੀ ਹੈ ਸਵਾਹ ਦੁਨੀਆਂ ਨੇ ਫਨਾ ਹੋ ਜਾਣਾ ਹੈ, ਇਹਦੇ ਲਈ ਸੁਰਤ ਵਿੱਚ ਇਹ ਗੱਲ ਰੱਖੋ ਵੀ ਦੁਨੀਆਂ ਸਵਾਹ ਹੋ ਜਾਣੀ ਹੈ। ਸਵਾਹ ਮਨ ਦੀ ਲੋੜ ਨਹੀਂ ਹੈ, ਜੇ ਖਿਆਲ ਦਾ ਮਾਂ ਵਿੱਚ ਹੋਏਗਾ ਮੈਂ ਕਿਸੇ ਨਾਲ ਠੱਗੀ ਨਹੀਂ ਮਾਰਾਂਗਾ, ਕਿਸੇ ਨਾਲ ਬੇਈਮਾਨੀ ਨਹੀਂ ਕਰਾਂਗਾ। ਖਿੰਦਾ ਕਾਲ ਹਰ ਵਕਤ ਮੌਤ ਨੂੰ ਚੇਤੇ ਰੱਖਣਾ, ਇਹ ਮੇਰੇ ਕੋਲ ਗੁੰਦੜੀ ਹੋਵੇ। ਕੁਆਰੀ ਕਾਇਆ ਜੂਤ, ਆਪਣੀ ਕਾਇਆ ਨੂੰ ਕੁਆਰਾ ਰੱਖਣਾ, ਕੁਆਰੇ ਰੱਖਣ ਦਾ ਅਰਥ ਕੀ ਹੈ? ਬੁਰਿਆਂ ਕੰਮਾਂ ਤੋਂ ਬਚਾ ਕੇ ਰੱਖਣਾ। ਜਿਵੇਂ ਜਿਸ ਪੁੱਤ ਧੀਰਾ ਦੇ ਵਿਆਹ ਨਾ ਹੋਇਆ ਹੋਵੇ ਆਪਾਂ ਕੀ ਆ ਰਹੇ ਭਲਾ, ਇਹ ਜੇ ਕੁਆਰਾ ਹੈ। ਆਪਣੀ ਕਾਇਆ ਨੂੰ ਕੁਆਰੀ ਰੱਖਣ ਦਾ ਅਰਥ ਇਸ ਕਾਇਆ ਨੂੰ ਬੁਰਿਆਂ ਖਿਆਲਾਂ ਤੋਂ, ਵਿਸ਼ਿਆਂ ਉਤਾਰਾਂ ਤੋਂ ਬਚਾ ਕੇ ਰੱਖ, ਇਹ ਯੋਗ ਦੀ ਜੁਗਤੀ ਹੈ। ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਉਸ ਪਰਮਾਤਮਾ ਦੇ ਅਥਾਹ ਵਿਸ਼ਵਾਸ ਹੱਥ ਵਿੱਚ ਡੰਡਾ ਹੋ ਗਈ। ਆਈ ਪੰਕਤੀ ਸਰਵ ਜਮਾਤੀ, ਜਿਹੜੇ ਬਾਰਾਂ ਫਰੀਕੇ ਨੇ ਉਹਨਾਂ ਵਿੱਚੋਂ ਆਈ ਪੰਕਤੀ ਸ਼੍ਰੋਮਣੀ ਹੈ, ਇਹਦਾ ਭਾਈ ਤੇਰੇ ਵਾਸਤੇ ਤੇ ਸ਼੍ਰੋਮਣੀ ਪੰਥ ਬਣ ਜਾਏਗਾ। ਆਈ ਪੰਕਤੀ ਸਰਵ ਜਮਾਤੀ ਮਨ ਜਿੱਤੈ, ਏਡਾ ਦੇ ਆਮ ਇਹ ਸਾਰੀ ਖੇਡ ਮਨ ਜਿੱਤਣ ਦੀ ਸੀ। ਜਾ ਆਪਣੇ ਆਪ ਹੀ ਜਦੋਂ ਮਨੁੱਖ ਚੰਗੇ ਕੰਮ ਕਰਦਾ ਨਾ, ਜਦ ਜਿੱਤ ਦੀ ਲੋੜ ਨਹੀਂ ਪੈਂਦੀ, ਜਦ ਆਪਣੇ ਆਪ ਚੰਗੇ ਸ਼ੋਭਾ ਕਰਨ ਲੱਗ ਪੈਂਦਾ। ਤੁਸੀਂ ਕਦੀ ਦੁਨੀਆਂ ਨਾਲ ਹੱਟ ਕੇ ਕੰਮ ਕਰਕੇ ਵੇਖੋ, ਜੇ ਸਾਰੇ ਦੁਨੀਆਂ ਦੇ ਲੋਕ ਕੰਮ ਕਾਂਡ ਕਰਦੇ ਨੇ, ਸਾਰੀ ਦੁਨੀਆਂ ਦੇ ਲੋਕ ਵਿਆਹਾਂ ਸ਼ਾਦੀਆਂ ਤੇ
ਮੂੰਹ ਆ ਕੇ ਦਾਜ ਲੈਂਦੇ ਨੇ, ਲੋਕ ਦੁਨੀਆਂ ਦੇ ਵਹਿਣ ਵਿੱਚ ਰਹਿੰਦੇ ਨੇ, ਲੋਕ ਪਖੰਡ ਕਰਦੇ ਨੇ। ਤੁਸੀਂ ਦੁਨੀਆਂ ਨਾਲੋਂ ਹੱਟ ਕੇ ਕੰਮ ਕਰਕੇ ਵੇਖੋ, ਦੋ ਚਾਰ ਦਿਨ ਤਾਂ ਤੁਹਾਨੂੰ ਲੋਕ ਮਾੜਾ ਕਹਿਣਗੇ, ਤਾਰੀਫ ਵੀ ਤੁਹਾਡੀ ਕਰਨਗੇ। ਮਰਦ ਹੈ ਬਈ, ਇਹ ਪਰਿਵਾਰ ਵਾਕਿਆ ਚੰਗਾ ਹੈ ਬਈ, ਜਿਹਨੇ ਸਮਾਜ ਦੇ ਵਹਿਣ ਨਾਲੋਂ ਹੱਟ ਕੇ ਉਹ ਸਿਰ ਕੱਢ ਕੇ ਚੰਗਾ ਕੰਮ ਕੀਤਾ ਹੈ। ਦੁਨੀਆਂ ਦੇ ਵਹਿਣ ਵਿੱਚ ਸਾਰੇ ਰਹਿ ਜਾਂਦੇ ਹਨ, ਜਦੋਂ ਪਾਣੀ ਆ ਰਿਹਾ ਹੋਵੇ ਨਾ ਥਾਂ ਨੂੰ ਸਾਰੇ ਤਲੇ ਜਾਂਦੇ ਨੇ, ਜਦੋਂ ਪਾਣੀ ਆ ਰਿਹਾ ਹੋਵੇ ਉਧਰੋਂ ਜਾਣਾ ਔਖਾ ਹੁੰਦਾ ਹੈ। ਸਮਾਜ ਅੱਜ ਵਹਿ ਰਿਹਾ ਸਾਧ ਸੰਗਤ, ਗੁਰੂ ਸਾਹਿਬ ਨੇ ਆਖਿਆ ਮਰਦ ਬਣ, ਦੁਨੀਆਂ ਦੇ ਕਰਮ ਕਾਂਡਾਂ ਵਿੱਚ ਨਾਮ ਹੈ। ਇਸ ਨੂੰ ਰੁਕੀ ਧਰਤੀ ਆਖਿਆ ਸੀ ਕਬੀਰ ਜੇ ਮਾਰਗ ਪੰਡਿਤ ਗਏ ਪਾਸੇ ਪਰੇ ਵੀ, ਭੀੜਾਂ ਦੀਆਂ ਭੀੜਾਂ ਤੁਰੀਆਂ ਫਿਰਦੀਆਂ ਨੇ, ਕਰਮ ਕਾਂਡਾਂ ਕਰਦੀਆਂ, ਬੁਰੇ ਕੰਮ ਕਰਦੀਆਂ, ਪਰ ਇੱਕ ਔਖੀ ਘਾਟੀ ਰਾਮ ਕੀ ਤੇ ਚੜ੍ਹਦੇ ਉਤਰਦੀਆਂ। ਔਖੀ ਘਾਟੀ ਤਾਂ ਕਿਹਾ ਇਧਰ ਜੰਗ ਕਰਨੀ ਪੈਂਦੀ, ਇਧਰ ਲੜਨਾ ਪੈਂਦਾ, ਇਸ ਨੂੰ ਆਖਿਆ ਭਗਤਾਂ ਕੀ ਚਾਲ ਨਰਾਲੀ, ਚਾਰਾਂ ਨਰਾਲੀ ਭਗਤਾਂ ਕੇ ਬਿਖੋ ਮਾਰ ਕਰਨਾ, ਇਹਨੂੰ ਬਿਖੋ ਮਾਰ ਕਿਉਂ ਆਖਿਆ? ਕਹਿੰਦੇ ਲਾਭ ਲੋਭ ਅਹੰਕਾਰ ਤਜ ਕਿਸ਼ਨਾ ਔਰ ਨਹੀਂ ਬੋਲਣਾ, ਲੋਭ ਦੇ ਨਾਲ ਜੰਗ ਕਰਨੀ ਇਹ ਬਿਖਮ ਜੰਗ ਹੈ। ਲਾਲਚ ਜੋ ਪ੍ਰੇਰਦਾ ਇਹਨੂੰ ਠੱਗ ਲਾ, ਇਹਨੂੰ ਵੀ ਠੱਗ ਲਾ, ਇਹਨਾਂ ਵੀ ਧੋਖਾ ਕਰ, ਉਹਨਾਂ ਵੀ ਕਰ। ਜਦੋਂ ਬੰਦਾ ਜੰਗ ਕਰਦਾ ਉਸ ਨੂੰ ਬਾਣੀ ਚਾ ਕੇ ਸੁਣਨਾ ਹੈ, ਜਾਗੋ ਹਰ ਰੰਗ ਲਾ ਕੋ ਇਸ ਯੁਗ ਮੈਂ, ਇਸ ਜਗਤ ਵਿੱਚ ਜਿਹਨੂੰ ਹਰਿਦਾ ਰੰਗ ਲਾ ਗਿਆ, ਜਿਹਦਾ ਰੱਬ ਨਾਲ ਪਿਆਰ ਪੈਦਾ ਹੋ ਗਿਆ, ਸੋ ਕਈ ਹੈ ਸੂਰਾ, ਉਹਨੂੰ ਸੂਰਮਾ ਬਾਣੀ ਆਉਂਦੀ ਹੈ। ਪਰ ਇਹ ਜੀਵ ਇਸ ਦੀ ਸਮਝਣ ਨੂੰ ਤਿਆਰ ਨੇ। ਸਾਹਿਬ ਨੇ ਬਾਣੀ ਚਾਖਿਆ, ਪੰਥਾ ਪ੍ਰੇਮ ਨਾ ਜਾਣੀ, ਪੰਥ ਦਾ ਅਰਥ ਹੈ ਰਸਤਾ, ਜਿਹੜੀ ਜੀਵ ਇਸ ਲਈ ਰੱਬ ਦੇ ਪਿਆਰ ਦਾ ਰਸਤਾ ਨਹੀਂ ਜਾਣਦੀ। ਮਹਾਰਾਜ ਉਹ ਕੌਣ ਹੈ? ਸਲੋਕ ਵਾਲਾ ਤੇ ਵਧੀਕ ਲਿਖੀਏ ਸਹਿਜ ਕਹੇ, ਪੰਥਾ ਪ੍ਰੇਮ ਨਾ ਜਾਣੀ, ਪੂਲੀ ਫਿਰੇ ਗਵਾਰ, ਉਹਨੂੰ ਗਵਾਰ ਆਖੇ। ਉਹ ਜੀਵ ਇਸਤਰੀ, ਜੀਵ ਇਸਤਰੀ ਹੈ ਭਾਵੇਂ ਨਾਰ ਹੈ ਭਾਵੇਂ ਕੋ ਮਾਤਾ ਹੈ, ਉਹ ਵੀ ਬਾਣੀ ਵਿੱਚ ਜੀਵ ਇਸਤਰੀ ਦੇ ਰੂਪ ਵਿੱਚ ਜਾਣ ਕੀਤਾ ਮਹਾਰਾਜ ਨੇ ਸਾਨੂੰ ਇਸ ਜਗ ਮੈਂ ਪੁਰਖ। ਇਹ ਵੀ ਬੜੀ ਮਹਾਰਾਜ ਦੀ ਬੜੀ ਵੱਡੀ ਵਡਿਆਈ ਹੈ। ਜਿਸ ਵਕਤ ਲੋਕ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸਨ, ਤੁਲਸੀਦਾਸ ਵਰਗਿਆਂ ਨੇ ਸ਼ੂਦਰ ਦੇ ਪਸ਼ੂਆਂ ਦੇ ਲਿਆ ਕੇ ਬਰਾਬਰ ਖੜਾ ਕਰ ਦਿੱਤਾ, ਬਿਪਰ ਨੇ ਜਨੇਊ ਪਾਉਣ ਦਾ ਅਧਿਕਾਰ ਦਿੱਤਾ, ਇਸਲਾਮ ਨੇ ਮਸਜਿਦ ਦੀਆਂ ਸੀੜੀਆਂ ਚੜ੍ਹਨ ਦਾ ਅਧਿਕਾਰ ਨਹੀਂ ਦਿੱਤਾ, ਜਿੱਥੇ ਗੁਰਦੇਵ ਨੇ ਆਖਿਆ ਸੋਕ ਮੰਗਾ ਕੀ ਜਾਣੋ, ਉੱਥੇ ਘਰ ਹੋਰ ਵੀ ਕਈ ਉਹ ਭਰਿਓ, ਇਸ ਜਗ ਵਿੱਚ ਪੁਰਖੀ ਇੱਕੋ ਹੈ, ਆਪਾਂ ਸਾਰੇ ਉਸ ਪਰਮਾਤਮਾ ਦੀਆਂ ਜੀਵ ਇਸਤਰੀਆਂ। ਮੈਂ ਕਿਹਾ ਇਸ ਤੋਂ ਵੱਡੀ ਔਰਤ ਦੇ ਹੱਕ ਵਿੱਚ ਕੌਣ ਆਵਾਜ਼ ਖੜੀ ਕਰ ਸਕਦਾ, ਕਿੱਡੀ ਵੱਡੀ ਆਵਾਜ਼ ਬੁਲੰਦ ਕੀਤੀ। ਪਰ ਅੱਜ ਸਾਡੀਆਂ ਧੀਆਂ ਨੂੰ ਗੁਰੂ ਨਾਨਕ ਦੀ ਗੋਦ ਪਸੰਦ ਨੇ, ਪਾਸੇ ਜਾ ਰਹੀਆਂ ਨੇ, ਧੀਆਂ ਨਾਲੋਂ ਵੱਧ ਕਸੂਰ ਉਹਨਾਂ ਮਾਪਿਆਂ ਦਾ ਜਿਨ੍ਹਾਂ ਦੀ ਗੋਦ ਵਿੱਚ ਉਹ ਬੱਚੇ ਜਨਮ ਲੈ ਕੇ ਪਾਸੇ ਜਾ ਰਹੇ ਨੇ। ਦੱਸਿਆ ਹੀ ਨਾ, ਮਾਂ ਨੂੰ ਪਤਾ ਨਾ ਬਾਪ ਨੂੰ ਪਤਾ, ਆਪਣੇ ਵੱਲੋਂ ਡਿਊਟੀ ਤੇ ਲਵਾਓ ਨਾ, ਆਪਣੇ ਵੱਲੋਂ ਫਰਜ਼ ਤੇ ਪੂਰਾ ਕਰੋ, ਫਿਰ ਵੀ ਜੇ ਉਸਦੇ ਬਾਵਜੂਦ ਸਾਡਾ ਪੁੱਤ ਠੀਕ ਉਹ ਪਾਸੇ ਜਾ ਲੈ, ਫਿਰ ਵੱਖਰੀ ਗੱਲ ਹੈ। ਇੱਕ ਵਾਰ ਆਪਣੇ ਆਪਣੀ ਜ਼ਿੰਮੇਵਾਰੀ ਤੇ ਲਵਾਓ, ਅਸੀਂ ਤੇ ਫਰਜ਼ ਪੂਰਾ ਕਰਨ ਨੂੰ ਤਿਆਰ ਨਹੀਂ। ਦੱਸਿਆ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕੀ ਹੈ? ਔਰਤ ਦਾ ਬੇਟਾ ਉੱਚਾ ਸੁੱਚਾ ਸਰਕਾਰ ਹੁੰਦੇ, ਉਹਨੇ ਬਾਣੀ ਵਿੱਚ ਰੱਖਿਆ, ਭਾਵੇਂ ਬੁੱਧ ਨੇ ਬੜੀ ਵੱਡੀ ਛਾਲ ਮਾਰੀ ਸੀ, ਪਰ ਔਰਤ ਪ੍ਰਤੀ ਉਹ ਵੀ ਕਹਿੰਦਾ ਸੀ ਭਿਕਸ਼ਮਾ ਨੂੰ, ਜਦੋਂ ਮੰਗਣ ਜਾਓ ਪੰਜ ਫੁੱਟ ਤੋਂ ਬਾਅਦ ਆਪਣੇ ਦੇਵਾ ਧਾਨ ਚੁੱਕਣੀ, ਜੇ ਔਰਤ ਦੇ ਚਿਹਰੇ ਤੇ ਪੈ ਗਈ ਤੁਹਾਡਾ ਮਨ ਬੇਈਮਾਨ ਹੋ ਜਾਏਗਾ। ਇਹਦਾ ਅਰਥ ਗੁਰੂ ਦਾਸ ਜੀ ਦਾ ਕਿ ਔਰਤ ਦਾ ਚਿਹਰਾ ਵੇਖਿਆ ਮਨ ਬੇਈਮਾਨ ਹੋ ਜਾਏਗਾ। ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੀ ਹੈ? ਕਹਿੰਦੇ ਦੇਖ ਪਰਾਈਆਂ ਚੰਗੀਆਂ, ਤੈਨੂੰ ਵੇਖਣ ਦੀ ਕੋਈ ਬੁਰਾਈ ਨਹੀਂ, ਤੂੰ ਰੱਜ ਰੱਜ ਕੇ ਵੇਖ ਤੇ ਪਾਈਆਂ ਵੇਖ ਤੇ ਹੋਰ ਵੀ ਰੱਜ ਕੇ ਸੁਣ ਗਿਆ,
ਪਰ ਤਿੰਨ ਰਿਸ਼ਤੇ ਕਾਇਮ ਕਰ ਸਕਦਾ ਉਹਨਾਂ ਦਾ, ਜੇ ਵੱਡੀ ਹੈ ਤੇ ਕਿਆ ਕਰ, ਇੱਦਾਂ ਦੀ ਮੇਰੀ ਤਾਈ ਵੀ ਹੈ, ਕਰ ਇੱਦਾਂ ਦੀ ਮੇਰੀ ਮਾਤਾ ਵੀ ਹੈ, ਬਿਲਕੁਲ ਮੇਰੀ ਮਾਂ ਵਰਗੀ ਸ਼ਕਲ ਹੈ, ਬਿਲਕੁਲ ਮੇਰੀ ਮਾਸੀ ਵਰਗੀ ਸ਼ਕਲ ਹੈ, ਮੇਰੀ ਮਾਂ ਵਰਗੀ ਸ਼ਕਲ ਹੈ, ਬਰਾਬਰ ਦੀ ਹੈ ਤੇ ਕਿਆ ਕਰ, ਇੱਦਾਂ ਦੀ ਮੇਰੀ ਭੈਣ ਵੀ ਹੈ, ਮੇਰੀ ਮਾਸੀ ਦੀ ਲੜਕੀ ਵੀ ਹੈ, ਮੇਰੇ ਤਾਏ ਦੀ ਲੜਕੀ ਵੀ ਹੈ, ਤੇਜ਼ ਪੜ੍ਹਾਈਆਂ ਚੰਗੀਆਂ, ਮੁੰਡੇ ਪਾਉਣ ਦੀ ਲੋੜ ਨਹੀਂ ਸਾਰੇ ਧਰਮ ਦੇ, ਫਿਲੋਸਫੀ ਬੜੀ ਕਮਾਲ ਦੀ ਸੀ, ਪਾਸੀ ਗੱਲ ਫਿਰ ਆ ਗਈ, ਦੁਨੀਆਂ ਦੇ ਲੋਕ ਲੋਹੇ ਨੂੰ ਵੀ ਪੋਲਿਸ਼ ਕਰਕੇ ਸੋਨੇ ਨੂੰ ਮਹਿੰਗਾ ਵੇਚੀਏ, ਸਾਡੇ ਕੋਲ ਹੀਰੇ ਜਵਾਹਰਾਤ ਵੀ ਨਾ ਵੇਚੀਏ, ਦੱਸ ਨਾ ਸਕਦੇ ਅਸੀਂ ਦੁਨੀਆਂ ਨੂੰ ਕੀ ਹੈ ਸਾਰੇ, ਦੇਖ ਪੜਾਈਆਂ ਚੰਗੀਆਂ, ਦੇਖ ਪੜਾਈਆਂ, ਮੈਂ ਦੁਬਈ ਸੀ ਉੱਥੇ ਕਮਾਉਣ ਵੀ ਮਿਲੂ, ਦੋ ਮਿੰਟ ਮੈਨੂੰ ਬਹਿਣ ਦਾ ਮੌਕਾ ਬਣਿਆ, ਕਿਸੇ ਦੇ ਘਰ ਬੈਠੇ ਸੀ ਉਹਨੂੰ, ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਵੀ ਜਾਣਦਾ ਸੀ, ਮੈਂ ਤਾਂ ਆਪਣੀ ਨੌਲੇਜ ਵਾਸਤੇ ਚਾਹੇ ਤਾਂ ਪਾਵੇ ਔਰਤ ਬੁਰਕਾ ਕਿਉਂ ਪਾਉਂਦੀ ਹੈ, ਉਹ ਕਹਿੰਦਾ ਸ਼ਕਤੀ ਕਿ ਮਰਦ ਦਾ ਮਾਨ ਨਾ ਬੇਈਮਾਨ ਹੋਵੇ ਔਰਤ ਦਾ ਚਿਹਰਾ ਵੇਖੀ, ਮੈਂ ਕਿਹਾ ਫਿਰ ਮਰਦ ਨੂੰ ਪਾਉਣਾ ਚਾਹੀਦਾ ਬੁਰਕਾ ਤੇ, ਵੀ ਬੇਈਮਾਨ ਤੇ ਮਰਦ ਦਾ ਮਾਨ ਤਾਂ ਸਜ਼ਾ ਔਰਤ ਨੂੰ ਸਾਰੀ ਨੂੰ ਕਿਉਂ ਮਿਲਦੀ, ਕਹਿੰਦਾ ਤੁਹਾਡੇ ਕੀ, ਮੈਂ ਕਿਹਾ ਸਾਰੇ ਸਿਰ ਸਿਰ ਤੱਕਣ ਦੀ ਹੈ, ਵੀ ਔਰਤ ਸਿਰ ਦੇ ਉੱਤੇ ਕੱਪੜਾ ਲੱਗਾ, ਇਹ ਭੁੱਲ ਬੱਲਾ ਸਾਡੇ ਵੀ ਸੀ, ਮੈਂ ਕਿਹਾ ਹੁਣ ਅਮਰਦਾਸ ਨੇ ਬੰਦ ਕਰਾ ਦਿੱਤੀ, ਵੀ ਔਰ ਗੁਲਾਮ ਕਿਉਂ ਨੇ ਕਿਉਂ ਆਪਣਾ ਚਿਹਰਾ ਢੱਕੇ, ਮਰਦ ਜੇ ਤੂੰ ਵਾਕਿਆ ਮਰਦ ਹੈ, ਚਿਹਰੇ ਵੱਲ ਵੇਖ ਕੇ ਆਪਣੇ ਮਨ ਤੇ ਕੰਟਰੋਲ ਕਰ, ਮਾਰਨਾ ਜਾਣ ਕਰਨਾ, ਵੈਸੇ ਅੰਦਰੋਂ ਤੇ ਬਾਹਰ ਨਹੀਂ ਮਰਿਆ, ਪਰ ਅੰਦਰੋਂ ਤੇ ਗੱਲ ਨਾਲ ਸਹਿਮਤ ਹੋ ਗਿਆ, ਵੀ ਕਿਹਾ ਫਿਲੋਸਫੀ ਨੇ ਸਾਰੇ ਘਰ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦੇ ਸਮਾਜ ਸੁਧਾਰਕ ਕੰਮਾਂ ਵਿੱਚੋਂ ਇਹ ਕੰਮ ਹੈ, ਸਰਕਾਰ ਨੂੰ ਪਾਸ ਕਰਾਇਆ ਗੁਰੂ ਅਮਰਦਾਸ ਮਹਾਰਾਜ ਨੇ, ਇਹ ਤੇ ਭੁੱਲ ਪ੍ਰਥਾ ਬੰਦ, ਸਤੀ ਪ੍ਰਥਾ ਬੰਦ ਹੋਣੀ ਚਾਹੀਦੀ, ਜਿੱਥੇ ਮਰਦ ਮਰਦਾ ਸਰਾਬ ਨੂੰ ਨਾ ਸਾਰਾ ਦਿੱਤਾ ਜਾਂਦਾ, ਚੜਾਈ ਕਰਦਾ ਸੀ ਔਰਤ ਨੂੰ ਨਾਲ ਸਾਥ ਦਿੱਤਾ ਜਾਂਦਾ ਸੀ, ਤੇ ਜੇ ਔਰਤ ਚੜਾਈ ਕਰਦੀ ਸੀ ਤੇ ਭੰਡ ਮੂਆ ਭੰਡ ਭਾਲੀ ਪਹਿਲੀ ਦੇ ਚਿਖਾ ਠੰਡੀ ਨਹੀਂ ਹੋਈ ਤੇ ਦੂਜਾ ਰਿਸ਼ਤਾ ਦਾ ਆ ਜਾਂਦਾ ਸੀ, ਭਾਵੇਂ 70 ਸਾਲ ਉਮਰ ਕਿਉਂ ਨਾ ਹੋਏ ਬੰਦੇ, ਕਿਉਂਕਿ ਜ਼ਮੀਨ ਹੈ ਨਾ ਜਾਇਦਾਦ ਹੈ, ਤੇ ਔਰਤ ਚੱਲਦੀ ਉਹਨੂੰ ਭਾਵੇਂ 30 ਸਾਲ ਹੋਵੇ, ਕਹਿੰਦਾ ਪੁੱਤਾਂ ਨਾਲ ਹੀ ਕੱਢ ਹੋਣ, ਜਾਂ ਚਾਹੇ ਨਾ ਕਹਿਣ ਜਾਂ ਨਾ ਸਾਥ ਦਿੱਤਾ ਜਾਂਦਾ ਸੀ, ਮੈਂ ਕਹਿੰਦਾ ਦੁਨੀਆਂ ਦੀ ਔਰਤ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਲਾ ਕੇ ਨਮਸਕਾਰ ਕਰਨੀ ਚਾਹੀਦੀ ਹੈ ਕਿ ਪਹਿਲੀ ਵਾਰ ਇਨਸਾਨਾਂ ਵਾਲਾ ਜੀਵਨ ਜਿਉਣ ਦਾ ਜੇ ਕਿਸੇ ਹੱਕ ਦਿੱਤਾ ਗੁਰੂ ਨਾਨਕ ਸਾਹਿਬ ਦੇ ਘਰ ਨੇ ਦਿੱਤਾ, ਪਰ ਅੱਜ ਡੇਰੇਦਾਰ ਵੀ ਪੈਰੋਂ ਇਨਸਾਫ਼ ਨਹੀਂ ਕਰ ਰਹੇ ਤੁਹਾਡੇ ਨਾਲ, ਗੁੱਸਾ ਨਾ ਮਨਾਇਓ, ਉਹ ਤੁਹਾਨੂੰ ਕਦੀ ਇੱਦਾਂ ਦੇ ਵਹਿਮ ਪਾਉਂਦੇ ਨੇ, ਮੰਥਲੀ ਪੀੜ ਆਉਂਦੇ ਹੋ, ਤੁਸੀਂ ਗੁਰਦੁਆਰੇ ਨਹੀਂ ਆ ਸਕਦੀਆਂ, ਤੁਸੀਂ ਗੁਰੂ ਦੀ ਬਾਣੀ ਨਹੀਂ ਪੜ੍ਹ ਸਕਦੀਆਂ, ਤੁਸੀਂ ਅਪਵਿੱਤਰ ਦੇ ਉਹਨਾਂ ਨੂੰ ਦੱਸਿਆ ਕਰੋ, ਇਹਦੇ ਮੰਥਲੀ ਪੀੜ ਮਾਲੂ ਨਾ ਆਉਂਦੇ ਹੁੰਦੇ ਬਾਬਾ ਜੀ ਤੁਹਾਡੀ ਨੂੰ, ਇਹ ਤੁਹਾਡਾ ਜਨਮ ਨਹੀਂ ਸੀ ਆਉਂਦਾ, ਜੇ ਸਾਡੇ ਘਰ ਸਾਡੀ ਧੀ ਨੂੰ ਮੇਰੀ ਭੈਣ ਨੂੰ ਮੰਥਲੀ ਪੀੜ ਆਉਂਦੇ ਹੋਣ, ਸਾਨੂੰ ਡਾਕਟਰ ਤੇ ਇਲਾਜ ਕਰਾਉਣਾ ਪਵੇ, ਕੁਦਰਤੀ ਪ੍ਰਕਿਰਿਆ ਹੈ, ਗੁਰੂ ਸਾਹਿਬ ਨੇ ਅਪਵਿੱਤਰਤਾ ਨਹੀਂ ਕਿਹਾ, ਕਿਹਾ ਜਿਹੜੀ ਔਰਤ ਨੂੰ ਇਹ ਮੰਥਲੀ ਪੀੜ ਆਉਂਦੇ ਨੇ ਇਹਦਾ ਉਹ ਤਾਂ ਤੁਹਾਡਾ ਵਾਲੀ ਹੈ, ਉਸਨੂੰ ਅਪਵਿੱਤਰਤਾ ਕਿਵੇਂ ਕਹੋਗੇ, ਪਰ ਮੈਂ ਸਮਝਦਾ ਇਹੋ ਜਿਹੇ ਤੇਰੇ ਦਾਰਾਂ ਨੂੰ ਪਾਓ ਫੜ ਕੇ ਥੱਲੇ ਲਾ ਦੇਣਾ ਚਾਹੀਦਾ, ਪਰ ਗੱਲ ਫਿਰ ਅਸੀਂ ਉਹਨਾਂ ਪਖੰਡੀ ਵਾਲੇ ਸਿਰ ਝੁਕਾਈ ਜਾਂਦੇ ਹਾਂ, ਭੈਣ ਤੁਹਾਨੂੰ ਜੁੜਨਾ ਪੈਣਾ, ਤੁਹਾਨੂੰ ਆਪਣੇ ਹੱਥਾਂ ਨੂੰ ਲੈਣਾ ਪੈਣਾ, ਉਹਨਾਂ ਦੇ ਪੈਰਾਂ ਦੇ ਮੱਥੇ ਟੇਕ ਦੇ ਕੇ ਤੁਸੀਂ ਬਹੁਤ ਸਿਰਸ਼ਾਤਕ ਹੈ, ਮੈਂ ਇਸ ਵਿਸ਼ੇ ਵਾਲੇ ਬੜੇ ਰਾਜਵਾਸ ਤੋਂ ਗੱਲ ਕਰ ਰਿਹਾ ਸੀ, ਗੁਰੂ ਸਾਹਿਬ ਨੇ ਆਖਿਆ ਪੰਥਾ ਪ੍ਰੇਮ ਲਗਾਣੀ, ਰੱਬ ਦੇ ਰਸਤੇ ਦਾ ਜਿਹੜਾ ਸਧਾਰਨ ਪਿਆਰ ਵਾਲੀ ਖੇਡ, ਪਿਆਰ ਵਾਲੇ ਰਸਤੇ ਤੇ ਜਿਹੜੀ ਜੀਵ ਇਸਤਰੀ ਤੋੜਨਾ ਨਹੀਂ ਜਾਂਦੀ, ਪੰਥ ਦਾ ਹੈ ਰਸਤਾ, ਪੰਥਾ ਪ੍ਰੇਮ ਲਗਾਣੀ, ਮਹਾਰਾਜ ਕਹਿੰਦੇ ਪੂਰੀ ਫਿਰਾਏ
ਹੈ ਰੱਬ ਦੇ ਪਿਆਰ ਹੈਗਾ ਅੰਦਰ ਕਿਤੇ ਹੋਰ ਹੀ ਲੁਟਾਈ ਜਾਂਦੀ ਹੈ। ਪਿਆਰ ਦੀ ਖੇਡ ਕਮੀ ਥੋੜਾ ਸਾਡੇ ਅੰਦਰ ਪਿਆਰ ਹੀ ਅੱਗੇ ਅਸੀਂ ਗਲਤ ਥਾਵਾਂ ਤੇ ਜਾ ਕੇ ਲੁਟਾਈ ਜਾਂਦੇ। ਪਿਆਰ ਹੈ ਪਰ ਪਿਆਰ ਕਿਸੇ ਹੋਰ ਤੇ ਨਿਸ਼ਾਵਰ ਹੋ ਰਿਹਾ। ਪਿਆਰ ਦੀ ਕਮੀ ਨਹੀਂ, ਪਿਆਰ ਇੱਥੇ ਲੈ ਕੇ ਆ ਕਰ ਅਮਥਾ ਪ੍ਰੇਮ ਨਾ ਜਾਣੀ ਪੂਲੀ ਫਿਰੇ ਗਵਾਰ ਨਾਨਕ ਹਰ ਮਿਸਰਾਈ ਕਹੇ। ਇਹ ਨਾਨਕ ਆ ਰੱਬ ਨੂੰ ਭੁਲਾ ਕੇ ਪਾਉਂਦੇ ਨਰਕ ਅੰਗਿਆਰ ਕੋਲ ਨਰਕਾਂ ਚ ਇੱਥੇ ਜੀਵਨ ਉਹ ਮਨੁੱਖ ਜੂਰਿਆ ਜਿਹੜਾ ਹਿਰਦਾ ਰੱਬ ਦੇ ਪਿਆਰ ਤੋਂ ਖਾਲੀ ਹੈ, ਜਿਹੜਾ ਰੱਬ ਦੇ ਪ੍ਰੇਮ ਤੋਂ ਸਕਣਾ। ਉਹਨੂੰ ਹੋਰ ਕਿਸੇ ਨਰਕਾਂ ਦੇ ਇੰਤਜ਼ਾਰ ਕਰਨ ਦੀ ਲੋੜ ਨਹੀਂ। ਜੀਵਨ ਨਰਕ ਬਣਿਆ ਪਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਉਹ ਮਰਦ ਹੈ ਉਹ ਸੂਰਮਾ ਹੈ ਜਿਹੜਾ ਰੱਬ ਦਾ ਪਿਆਰ ਬਣ ਗਿਆ ਸਾਰੀਆਂ ਦੇ। ਤੇ ਰੱਬ ਰੱਬ ਕਿੱਥੇ ਰਹਿੰਦਾ? ਖਲਕਤ ਵਿੱਚ। ਜਦੋਂ ਖਲਕਤ ਦਾ ਪਿਆਰ ਬਣ ਗਿਆ ਰੱਬ ਦਾ ਪਿਆਰ ਬਣ ਗਿਆ। ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਵੇਂ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਆਪਣੇ ਗੁਰੂ ਦੀ ਸਿੱਖਿਆ ਨਾਲ। ਆਤਮ ਜਿਵੇਂ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਜਿਹੜਾ ਪੂਰਾ ਸਤਿਗੁਰੂ ਜਿਹਨੇ ਪੂਰੇ ਸਤਿਗੁਰੂ ਦੁਆਰਾ ਆਪਣੇ ਮਨ ਨੂੰ ਜਿੱਤ ਲਿਆ ਕਹਿੰਦੇ ਉਹਨੂੰ ਫਿਰ ਪੁੱਠਾ ਨਹੀਂ ਸਕਦਾ। ਆਤਮ ਜਿਹੜੇ ਸਗਲ ਵਸ ਸਾਰਾ ਗੁਰੂ ਦੇ ਵਸ ਵਿੱਚ ਹੋਣ ਦਾ ਮਤਲਬ ਹੈ ਉਹਨੂੰ ਕੋਈ ਵਿਸ਼ੇ ਵਪਾਰ ਧੋਖਾ ਨਹੀਂ ਦੇ ਸਕਦੇ। ਪਰ ਇੱਕ ਰਿਕਾਰਡ ਕਰ ਲਿਆ ਸਾਰਿਆਂ ਤੇ ਜਿਹੜਾ ਸਤਿਗੁਰ ਪੂਰਾ ਹੈ। ਆਤਮ ਜਿਵੇਂ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰੁ ਪੂਰਾ। ਮਹਾਰਾਜ ਕੀ ਕਹਿੰਦੇ ਹਨ? ਜਨ ਕੇ ਚਰਨ ਚੰਨ ਦੇ ਕੇਸ਼ਵ ਆ ਗਿਆ ਜਾਂ ਦੇ ਨਵੇਂ ਨੂੰ ਇੱਥੇ ਕੋਈ ਮਾਤਰਾ ਨਹੀਂ ਲੱਗੀ। ਨੇਤਾ ਜੀ ਅੰਕੜ ਲੱਗਦਾ ਤੇ ਇੱਕ ਵਚਨ ਹੋਣਾ ਸੀ, ਹੈ ਇੱਥੇ ਵੀ ਇੱਕ ਵਚਨ, ਪਰ ਕੇਸ਼ਵ ਦਾ ਕਰਕੇ ਅੰਕੜ ਉੱਡ ਗਏ। ਇਹਦਾ ਜਾਣਦਾ ਹੈ ਗੁਰੂ ਤੇ ਗੁਰੂ ਦੇ ਚਰਨ ਕੀ ਆ? ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਗੁਰੂ ਦੀ ਬਾਤ, ਗੁਰੂ ਦਾ ਉਪਦੇਸ਼। ਜਨ ਕੇ ਚਰਨਾ ਵਸੈ ਮੇਰੇ ਹੀਰ ਹੈ। ਚੰਨ ਦੇ ਚਰਨਾ, ਗੁਰੂ ਦੇ ਚਰਨਾ, ਗੁਰੂ ਦੀ ਸਿੱਖਿਆ, ਹਿਰਦੈ ਚਰਨ ਸ਼ਬਦ ਸਤ ਗੁਰ ਕਹੋ ਨਾਨਕ ਬਾਂਧਿਓ ਪਾਲ। ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ, ਗੁਰੂ ਦੇ ਚਰਨ ਗੁਰੂ ਦਾ ਚਰਨ ਸਾਧ ਕੇ ਤੋਏ ਤੋਏ ਪਿਓ ਸਾਧ ਗੁਰੂ ਤੇ ਗੁਰੂ ਦੇ ਚਰਨ ਕੀ ਹੈ ਸ਼ਬਦ ਤੋਏ ਤੋਏ ਪਿਓ ਦਾ ਅਰਥ ਹੈ ਉਸ ਸਿੱਖਿਆ ਨੂੰ ਆਪਣੇ ਅੰਦਰ ਲਗਾ। ਪਰ ਇਹ ਤੁਕਾਂ ਡੇਰੇਦਾਰਾਂ ਨੂੰ ਬੜੀਆਂ ਫਿੱਟ ਬੈਠੀਆਂ, ਪੀੜੇ ਤੇ ਬਿਠਾਇਆ, ਘਰ ਖੜ ਕੇ ਲੱਤਾਂ ਮੁਕਾਰੀਆਂ, ਸਾਰੇ ਟੱਬਰ ਨੇ ਮਾਰ ਮਾਰ ਕੇ ਧੋਤੀਆਂ, ਨਾ ਸ਼ਾਵਰ ਰੱਖਿਆ, ਕਈ ਤਾਂ ਮਿਸ਼ਰਨ ਪੀਣ ਵੀ ਲੱਗ ਪੈਂਦੇ ਨੇ, ਉਹਦਾ ਫਿਲਟਰ ਲਾਏ ਘਰਾਂ ਚ ਪਾਉਣ ਵਾਸਤੇ। ਰੱਬ ਇਸ ਸਾਰੇ ਪੈਰਾਂ ਨੂੰ ਲਗਾ ਕਿ ਮੈਨੂੰ ਦੇਖਦਾ ਹੈ, ਸਮਝੋ ਕਿ ਪਿੱਛੇ ਪਿੱਛਾ ਵਾਪਸ ਦੇਖ ਰਿਹਾ ਕਿ ਸਾਰਾ ਟੱਬਰ ਬਾਬੇ ਦੇ ਪੈਰ ਧੋ ਧੋ ਪੀ ਜਾਂਦਾ, ਮੈਂ ਮੰਗਦਾ ਮੈਨੂੰ ਕਦੀ। ਵੈਸੇ ਬਾਹਰ ਜਾ ਪੈਂਦੇ ਤਾਂ ਰੱਬ ਦੀ ਕਿਰਪਾ ਬੜੀ ਹੈ ਤੇ ਤੁਹਾਨੂੰ ਸਾਧ ਨਹੀਂ ਏਦਾਂ ਦੇ ਮਿਲੇ ਵੀ ਠੰਡਾ ਗਰਮ ਪਾਣੀ ਨਾਲ ਹੀ ਤੁਹਾਡੇ ਘਰ ਚ ਘੁੰਮ ਰਿਹਾ। ਪਰ ਸੁਰਤ ਖੜੋ ਪੰਜਾਬ ਚ ਜਿੱਥੇ ਬਾਪੂ ਡਗਰਾਂ ਦੇ ਮਗਰੋਂ ਆਇਆ, ਅੱਡੀਆਂ ਪਾਟੀਆਂ ਤੇ ਪੰਜ ਮੱਝਾਂ ਰੱਖੀਆਂ, ਦੁੱਧ ਦੀਆਂ ਚਾਰ ਬਾਲਟੀਆਂ ਭਰ ਜਾਂਦੀਆਂ, ਪੁੱਤ ਕੰਮ ਕਰਦਾ ਤੇ ਸਹੁਰਾ
ਖੇਤਾਂ ਚ ਕੰਮ ਕਰਕੇ ਆਇਆ, ਉਹਨੂੰ ਤੇ ਕੋਈ ਪਾਣੀ ਗਰਮ ਕਰਕੇ ਪੈਰ ਧੋਣ ਨੂੰ ਤਿਆਰ ਨਹੀਂ। ਪਰ ਜਦੋਂ ਬਾਬਾ ਆਉਂਦਾ ਘਰ ਚ, ਸਾਰਾ ਦੱਬੜ ਦੇ ਪੈਰ ਧੋਂਦਾ, ਫਿਰ ਮਾਂਜਦਾ, ਫਿਰ ਤੌਲੀਆਂ ਲੈ ਕੇ ਫਿਰਿਆ ਕਰਦਾ। ਤੇ ਬਾਪੂ ਮਨ ਚ ਪਤਾ ਕੀ ਸੋਚਦਾ? ਉਹ ਮਨ ਨੂੰ ਆਂਦਾ, ਤੂੰ ਵਿਆਹ ਕਰਾ ਕੇ ਕੀ ਕੱਟਿਆ? ਚਾਰ ਤੇਰੇ ਨਿਆਣੇ ਆ, ਪੈਰ ਤੋਂ ਆਪਣੇ ਆਪ ਧੋਣਾ, ਸਾਹ ਦਾ ਨਾ ਕੋਈ ਧਾਰ, ਨਾ ਉੱਥੇ, ਨਾ ਕੋਈ ਦਾ ਵਿਆਹ, ਨਾ ਕੋਈ ਪੁੱਤ। ਉਹਦੇ ਅੰਦਰ ਅੰਦਰ ਅਰਦਾਸ ਕਰਦਾ, ਰੱਬਾ ਜੇ ਜਨਮ ਦੇਣਾ ਉਹਨੇ ਜਨਮ ਵਿੱਚ ਸਾਹ ਬਣਾਈ। ਹੱਥ ਲਾਉਣ ਦੀ ਲੋੜ ਹੀ ਨਹੀਂ, ਭੱਜੇ ਹੁੰਦੇ ਨੇ, ਕੋਈ ਤੇਲ ਵੀ ਸੀ ਚੁੱਕੀ ਪੈਂਦਾ। ਤੁਹਾਡੇ ਬੱਚੇ ਸਕੂਲ ਜਾਂਦੇ ਨੇ, ਉਹ ਬਾਪੂ ਜੀ ਆਪੇ ਨਲਕਾ ਵੇੜ ਕੇ ਆਪੇ ਵਿਚਾਰਾ ਲੂਹਾ ਫੁੱਕਾ ਕਰ ਲਈ ਤੇ ਡੇਰਿਆਂ ਨੂੰ ਕਦੇ ਜਾ ਰਹੇ, ਕਦੇ ਜਾ ਰਹੇ, ਨਮਸਕਾਰ ਹੋ ਰਹੇ। ਇਹ ਨਾ ਸੋਚਿਓ ਕਿ ਬਾਹਰ ਦੇ ਸਿੱਖ ਸੰਗੇ ਇੱਥੇ ਵੀ ਉਹ ਕੰਮ ਹੀ ਹੋ ਜਾਂਦਾ, ਥੋੜ੍ਹਾ ਜਿਹਾ ਪਰਦਾ ਪੁਰਦਾ ਪੈ ਜਾਂਦਾ, ਇੱਥੇ ਵੀ ਕੰਮ ਚੱਲੀ ਜਾਂਦਾ। ਮੈਨੂੰ ਅਕਾਲ ਟੀਵੀ ਇੰਟਰਵਿਊ ਤੇ ਕਿਸੇ ਭੈਣ ਨੇ ਪੁੱਛਿਆ, ਕਹਿੰਦੀ ਕਿ ਬਾਹਰ ਦੇ ਸਿੱਖਾਂ ਚ ਤੂੰ ਸਿੱਖਾਂ ਚ ਫਰਕ ਹੈ? ਮੈਂ ਕਿਹਾ ਭੈਣੇ ਮਾਝਾ ਮਾਲਵਾ ਦੁਆਬਾ ਤੇਵੀਂ ਇਲਾਕੇ ਨੇ, ਸਾਰਿਆਂ ਚ ਘੁੰਮਣ ਦਾ ਮੌਕਾ ਬਣਦਾ। ਆਉਂਦੇ ਤੇ ਆਪਾਂ ਉੱਥੋਂ ਜਾਂ, ਮੈਂ ਕਿਹਾ ਏਅਰਪੋਰਟ ਜਿਹੜਾ ਸਕੈਨ ਕਰਕੇ ਰੱਖ ਲੈਂਦੇ ਵੀ ਕਰਮ ਕਾਂਡ ਛੱਡ ਦਿਓ ਬਾਹਰ ਜਾਣਾ ਤੇ। ਆਉਂਦੀ ਨਾਰੀਅਲ, ਮੈਂ ਕਿਹਾ ਨਾਰੀਅਲ ਤੇ ਇੱਥੇ ਵੀ ਸੁੱਟ ਜਾਂਦੇ, ਇੱਥੇ ਪਾਣੀ ਬੜਾ ਜ਼ਿਆਦਾ ਦਿਖਦੇ ਨੇ। ਮੈਂ ਕਿਹਾ ਪੰਜਾਬ 'ਚ ਪਾਣੀ ਘੱਟ ਹੈ ਤਾਂ ਦਿਖ ਪੈਂਦੇ ਆ, ਇੱਥੇ ਵੀ ਹੈ। ਪੱਤਰਕਾਰ ਨੂੰ ਜ਼ਿਆਦਾ ਪਤਾ ਲੱਗਦਾ, ਤੁਹਾਨੂੰ ਤਾਂ ਨਹੀਂ ਪਤਾ ਲੱਗਦਾ ਹੋਣਾ, ਕਿਉਂਕਿ ਆਪਾਂ ਸਵੇਰੇ ਕੰਮ ਤੋਂ ਜਾਂਦੇ, ਸ਼ਾਮਾਂ ਨੂੰ ਆਪਣੇ ਕੰਮ ਦੇ ਧੱਕੇ ਟੁੱਟੇ ਆ ਕੇ ਸੌਂਦੇ। ਪੰਜਾਬ ਛੇਤੀ ਤਾਂ ਪਤਾ ਲੱਗਦਾ, ਉੱਥੇ ਕੋਈ ਬੰਦੇ ਉੱਥੇ ਬੇਟਾ ਬਾਹਰ ਨਹੀਂ ਫਿਰਦਾ। ਅਸੀਂ ਸਤਲੁਜ ਦਰਿਆ ਰਾਤ ਨੂੰ ਪਾਰ ਕਰ ਰਹੇ, 2:30 ਵਜੇ ਸਮਾਗਮ ਆ ਰਹੇ ਸੀ ਪੋਗੇ ਉੱਥੋਂ ਦੀ, 3:30 ਵਜੇ ਦੋਵੇਂ ਜੀ ਸਮੱਗਰੀ ਇਕੱਠੀ ਕੀਤੀ, ਪੋਰਟ ਤੋਂ ਸੁੱਟ ਲੈ। ਮੈਂ ਤੇ ਡਰਾਈਵਰ ਨੂੰ ਕਿਹਾ ਗੱਡੀ ਡੱਕ ਮੈਂ ਪੁੱਛ ਗਿਆ, ਕਹਿੰਦਾ ਤੁਹਾਡੇ ਬਾਲ ਪੈਣੀ। ਮੈਂ ਕਿਹਾ ਅੱਧੀ ਰਾਤ ਕਿਹੜੀ ਗਿਣਤਾ ਪਈ ਸਿਰ ਤੇ ਪੰਗ ਬੋਲੀ, ਪੰਡਤ ਨੇ ਆ ਕੇ ਹੋਣਾ ਬੜਾ ਤੁਹਾਡੇ ਬਣੋ ਗਏ। ਅੱਧੀ ਰਾਤ ਦਰਿਆ ਸਮੱਗਰੀ ਸੁੱਟ ਗਿਆ, ਨਾਰੀਅਲ ਪਤਾ ਨੀ ਕੀ ਸਮੱਗਰੀ ਸੁੱਟ, ਕਿਉਂਕਿ ਫ੍ਰੀ ਥੋੜਾ ਆਈ ਹੋਇਆ, ਆਈ ਤਾਂ ਮਰਜ਼ੀ ਹੁੰਦੀ, ਪੁੱਠੇ ਕੰਮ ਹੋ ਰਹੇ ਨੇ। ਰੱਬ ਦਾ ਪਿਆਰ ਛੱਡ ਕੇ ਗਲਤ ਥਾਵਾਂ ਤੇ ਅਸੀਂ ਆਪਣਾ ਪਿਆਰ ਰੋਲ ਰਹੇ ਹਾਂ। ਪਤਾ ਮਾਲੀ ਸਰ ਨੇ ਬਾਣੀ ਚ ਕੀ ਆ ਕੇ, ਜਾਨਕ ਚਰਨ ਵਸੈ ਰਹੀ ਹੈ, ਗੁਰੂ ਜਨ ਦੇ ਚਰਨ, ਗੁਰੂ ਦੇ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਵਸਦੀ ਹੈ। ਲੇਕਿਨ ਹੁੰਦਾ ਫਿਰ ਸੰਗ ਪੁਨੀਤਾ ਦੇਹੀ, ਦੇਹ ਪਵਿੱਤਰ ਹੋ ਜਾਂਦੀ ਹੈ, ਹੱਥ ਮਾੜੇ ਕੰਮ ਨਹੀਂ ਕਰਦੇ, ਪੈਰ ਗਲਤ ਰਸਤੇ ਨਹੀਂ ਤੁਰਦੇ, ਅੱਖਾਂ ਗਲਤ ਵੇਖਦੀਆਂ ਨਹੀਂ। ਇਹੋ ਸੁਖ ਗੁਰੂ ਜੀ ਦਾ ਮੈਂ ਮੰਗਦਾ। ਜਲ ਕੀ ਧੂਰ ਦੇਵੋ ਕਿਰਪਾ ਨਿਧ, ਨਿਧ ਕਹਿੰਦੇ ਖਜ਼ਾਨੇ ਨੂੰ, ਹੇ ਕਿਰਪਾ ਦੇ ਖਜ਼ਾਨੇ ਮੈਨੂੰ ਚਰਨ ਧੂੜ ਦਿਓ। ਜੇ ਚਰਨ ਸ਼ਬਦ ਹੈ ਉਹਦੀ ਧੂੜ ਕਿਹੜੀ ਹੋਏਗੀ? ਉਸ ਰਸਤੇ ਤੇ ਤੁਰਨਾ ਧੂੜ ਹੈ, ਜਿਵੇਂ ਡਰ ਭਾਈ ਸਾਹਿਬ ਨੇ ਕਿਹਾ ਸੀ, ਨਿਮਰਤਾ ਨਿਮਰਤਾ ਚਰਨ ਧੂੜ ਹੈ। ਜਲ ਕੀ ਧੂਰ ਦੇਵੋ ਕਿਰਪਾ ਨਿਧ, ਨਾਨਕ ਕਹਿ ਸੁੱਖ ਇਹੀ। ਨਾਨਕ ਵਾਸਤੇ ਦੁਨੀਆਂ ਦਾ ਸਭ ਤੋਂ ਵੱਡਾ ਸੁੱਖ ਇਹ ਹੈ ਕਿ ਮੈਂ ਗੁਰੂ ਦੇ ਰਸਤੇ ਉੱਤੇ ਤੁਰ ਸਕਾਂ। ਆਓ ਇਹ ਸੁੱਖ ਤੁਸੀਂ ਵੀ ਮੰਗੋ, ਆਪਾਂ ਵੀ ਮੰਗੀਏ। ਇਸ ਸੁੱਖ ਨਾਲ ਹੀ ਅਸੀਂ ਸੰਸਾਰ ਤੇ ਜਿਉਂਦੇ ਰਹਿ ਸਕਦੇ ਹਾਂ। ਇੱਥੇ ਬਾਣੀ ਕਹਿੰਦੀ ਹੈ, ਆਖਾਂ ਜੀਵਾਂ ਪਲਸੇ ਮਰ ਜਾਓ, ਆਪ ਗੁਰੂ ਬਖਸ਼ਿਸ਼ ਕਰੇ। ਇਹਨੇ ਕੀ ਬਸੀ ਪ੍ਰਵਾਨ ਕਰਨੇ, ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਸਤਿਗੁਰੂ ਦੇ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਦੂਰਾਂ ਨੇੜਿਆਂ ਤੋਂ ਪਹੁੰਚ ਕੇ
ਗੁਰੂ ਬਖਸ਼ਿਸ਼ ਕਰੇ ਧੰਨ ਗੁਰੂ ਪੰਜਾਂ ਪਾਤਸ਼ਾਹ ਮਹਾਰਾਜ ਜੀ ਦੇ ਪੰਜ ਸ਼ਬਦ ਦੀ ਵਿਚਾਰ ਸਾਡੀ ਜ਼ਿੰਦਗੀ ਵਿੱਚ ਵੱਸ ਸਕੇ, ਅਸੀਂ ਆਪਣੇ ਮਨ ਦੇ ਵਹਿਮ ਭਰਮ ਪਖੰਡ ਧਰਮ ਕਰ ਛੱਡ ਕੇ ਗੁਰੂ ਦੀ ਸਿੱਖਿਆ ਉੱਤੇ ਕਾਰਾ ਦੇ ਸਕੀਏ। ਆਓ ਭਾਈ ਸਾਹਿਬ ਭਾਈ ਬਿੱਦਰ ਸਿੰਘ ਜੀ ਕੜਾਕਾ, ਉਹਨਾਂ ਦੇ ਢਾਡੀ ਦੇ ਦਿਲ ਵੀ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਇਤਿਹਾਸ ਸਰਵਣ ਕਰਨਾ ਹੈ। ਆਓ ਉਹਨਾਂ ਪਾਸੋਂ ਵੀ ਆਪਾਂ ਇਤਿਹਾਸ ਸੁਣਨਾ ਹੈ, ਇਹਦੀਆਂ ਕੀ ਸੇਵਾ ਬੇਨਤੀਆਂ ਪ੍ਰਵਾਨ ਕਰ ਲਈਆਂ, ਬਾਕੀ ਇਹਦੀਆਂ ਵਿਚਾਰਾਂ ਬਾਕੀ ਦੀਵਾਨਾਂ ਨੂੰ ਸਾਂਝੀਆਂ ਕਰਾਂਗੇ। ਅਰਦਾਸ ਕਰਨਾ ਫਤਿਹ ਬੁਲਾਓ ਗੱਜ।